ਸਤਿ ਸ਼੍ਰੀ ਅਕਾਲ, ਆਦਾਬ, ਸਵਾਗਤ ਹੈ ਜੀ ਤੁਹਾਡਾ ਇਸ ਸਪੈਸ਼ਲ ਪ੍ਰੋਗਰਾਮ ਵਿੱਚ ਹੋਮਿਓਪੈਥੀ ਵਿਦ ਡਾਕਟਰ ਇਫਤਿਖਾਰ ਚੌਧਰੀ। ਸਾਡੇ ਸਟੂਡੀਓ 'ਚ ਮਹਿਮਾਨ ਨੇ ਡਾਕਟਰ ਇਫਤਿਖਾਰ ਚੌਧਰੀ, ਜੋ ਹੋਮਿਓਪੈਥੀ ਔਰ ਹਰਬਲ ਦਵਾਈਆਂ ਦੇ ਐਕਸਪਰਟ ਨੇ, ਜਾਣੇ ਮਾਣੇ ਡਾਕਟਰ ਨੇ, ਔਰ ਉਹਨਾਂ ਨੇ ਕਈ ਲੋਕਾਂ ਦੇ ਇਲਾਜ ਕੀਤੇ ਨੇ ਔਰ ਲੋਕਾਂ ਨੂੰ ਉਹਨਾਂ ਦੇ ਇਲਾਜ 'ਤੇ, ਉਹਨਾਂ ਦੀ ਇਲਾਜ ਦੀ ਤਕਨੀਕ 'ਤੇ, ਔਰ ਇਹਨਾਂ ਦੇ ਉੱਤੇ ਇੰਨਾ ਟਰੱਸਟ ਹੈ ਕਿ ਲੋਕ ਇਹਨਾਂ ਨੂੰ ਫੋਨ ਕਰਦੇ ਨੇ, ਇਹਨਾਂ ਤੋਂ ਇਲਾਜ ਆਪਣਾ ਕਰਵਾਉਂਦੇ ਨੇ। ਚੌਧਰੀ ਸਾਹਿਬ, ਤੁਹਾਡਾ ਸਵਾਗਤ ਹੈ ਸਾਡੇ। ਸਤਿ ਸ਼੍ਰੀ ਅਕਾਲ ਜੀ ਔਰ ਆਦਾਬ, ਅਸਲਾਮ ਅਲੈਕੁਮ। ਅਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਪਿਛਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ, ਕਿ ਅਸੀਂ ਜਿਸ ਤਰ੍ਹਾਂ ਬਲੱਡ ਪ੍ਰੈਸ਼ਰ ਦੀ ਗੱਲ ਕੀਤੀ, ਹਾਂਜੀ, ਇੱਕ ਹੋਰ ਜਿਹੜੀ ਡਿਸੀਜ਼ ਹੈ ਜਿਹਦੇ ਨਾਲ ਲੋਕ ਬਹੁਤ ਵੱਡੇ ਪੱਧਰ 'ਤੇ ਇਫੈਕਟਡ ਹੁੰਦੇ ਨੇ, ਸ਼ੂਗਰ। ਜੀ ਜੀ, ਨਾਮ ਤਾਂ ਬੜਾ ਮਿੱਠਾ ਜਿਹਾ, ਪਰ ਦਰਦ ਬੜਾ ਹੈ ਇਹਦਾ। ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਫ਼ਰ ਕਰਦੇ ਇਹਦੇ ਵਜ੍ਹਾ ਨਾਲ। ਜੀ ਜੀ, ਇੱਕ ਸਾਡੇ ਦਰਸ਼ਕਾਂ ਨੂੰ ਤੁਸੀਂ ਇਹ ਦੱਸੋ, ਜਿਹੜਾ ਸ਼ੂਗਰ ਹੈ, ਬੇਸਿਕਲੀ ਸ਼ੂਗਰ ਦੇ ਹੋਣ ਦੀ ਵਜ੍ਹਾ ਕੀ ਹੈ, ਐਸੀ ਕਿਹੜੀ ਉਹ ਪ੍ਰੀਕੋਸ਼ਨ ਲੈਣ ਕਿ ਘੱਟੋ ਘੱਟ ਇਸ ਬਿਮਾਰੀ ਤੋਂ ਦੂਰ ਰਹਿਣ, ਔਰ ਹੋਮਿਓਪੈਥੀ ਦੇ ਵਿੱਚ ਇਹਦੇ ਕੀ ਇਲਾਜ ਮੌਜੂਦ ਹੈ? ਜੀ, ਸ਼ੂਗਰ ਹੋਣੇ ਦੇ ਤਾਂ ਇੱਕ ਤਾਂ ਹੈਰੀਡੀਟਰੀ ਫੈਕਟਰ ਹੁੰਦਾ ਹੈ, ਜਿਹਦੇ 'ਚ ਤੁਸੀਂ ਕਾਫੀ, ਮਤਲਬ ਤੁਹਾਡਾ ਪੈਂਕਰੀਜ਼ ਜਿਹੜਾ ਹੈ ਉਹਦੇ 'ਚ ਇਨਫਲੇਮੇਸ਼ਨ ਹੋ ਜਾਂਦੀ ਹੈ, ਔਰ ਉਹਦੀ ਵਜ੍ਹਾ ਨਾਲ ਉਹ ਇਨਸੋਲਿਨ ਨਹੀਂ ਬਣਾਉਂਦਾ, ਇਹਨੂੰ ਟਾਈਪ 1 ਡਾਇਬਟੀਜ਼ ਕਹਿੰਦੇ ਨੇ, ਔਰ ਇਹ ਬੱਚਿਆਂ 'ਚ ਵੀ ਹੋ ਜਾਂਦੀ ਹੈ, ਕਿਸੇ ਉਮਰ 'ਚ ਵੀ ਹੋ ਜਾਂਦੀ ਹੈ। ਔਰ ਦੂਸਰੀ ਟਾਈਪ 2 ਡਾਇਬਟੀਜ਼ ਜਿਹੜੀ ਹੈ, ਉਹਦਾ ਜ਼ਿਆਦਾ ਹੁੰਦਾ ਸਾਡੇ ਲਾਈਫ ਸਟਾਈਲ ਔਰ ਖਾਣੇ ਪੀਣੇ, ਔਰ ਪੰਜਾਬੀ 'ਚ ਕਹਿੰਦੇ ਨੇ ਆਪਣੇ ਕਰਤੂਤਾਂ ਦੀ ਵਜ੍ਹਾ ਨਾਲ ਜ਼ਿਆਦਾਤਰ। ਅੱਛਾ, ਉਹਦੇ 'ਚ ਕੀ ਹੁੰਦਾ ਕਿ ਅਗਰ ਤੁਸੀਂ ਟੂ ਮੱਚ ਈਟਿੰਗ ਕਰਦੇ ਹੋ, ਐਕਟੀਵਿਟੀ ਹੁੰਦੀ ਨਹੀਂ, ਤਾਂ ਜ਼ਾਹਿਰ ਹੈ ਬਾਡੀ ਨੂੰ, ਮਤਲਬ ਜਿਹੜਾ ਤੁਸੀਂ ਖਾਣਾ ਜੋ ਵੀ ਖਾਂਦੇ ਹੋ, ਸ਼ੂਗਰ 'ਚ ਤਬਦੀਲ ਹੁੰਦਾ, ਔਰ ਤੁਹਾਡੀ ਬਾਡੀ ਨੂੰ ਐਨਰਜੀ ਦਿੰਦਾ। ਅਗਰ ਉਹ ਤੁਸੀਂ ਯੂਜ਼ ਨਹੀਂ ਕਰੋਗੇ, ਤਾਂ ਫਿਰ ਉਹ ਇਨਸੁਲਿਨ ਜਿਹੜੀ ਹੈ, ਮਤਲਬ ਔਰ ਇਨਸੁਲਿਨ ਦੀ ਵੀ ਪ੍ਰੋਡਕਸ਼ਨ ਘੱਟ ਜਾਂਦੀ ਹੈ, ਜਿਹਦੀ ਵਜ੍ਹਾ ਨਾਲ ਤੁਹਾਡੀ ਬਲੱਡ ਜਿਹੜਾ ਉਹ ਸ਼ੂਗਰ, ਮਤਲਬ ਉਹਦੇ 'ਚ ਜ਼ਿਆਦਾ ਰਹਿੰਦੀ ਹੈ, ਔਰ ਉਹ ਯੂਜ਼ ਨਹੀਂ ਹੁੰਦੀ। ਯੂਨੋ ਦਰਸ਼ਕੋ, ਜਿਹੜੇ ਸਾਡੇ ਵਿਊਅਰ ਸਾਨੂੰ ਦੇਖ ਰਹੇ, ਡਾਕਟਰ ਸਾਹਿਬ ਨੇ ਜੋ ਸ਼ਬਦ ਇਸਤੇਮਾਲ ਕੀਤੇ ਨੇ, ਉਹ ਇਹ ਕਹਿਣਾ ਚਾਹਾਂਗਾ ਕਿ ਜੋ ਤੁਹਾਡਾ ਲਾਈਫ ਸਟਾਈਲ ਹੈ, ਜੋ ਤੁਹਾਡੀ ਫੂਡ ਹੈਬਿਟਸ ਨੇ, ਉਹ ਸ਼ੂਗਰ ਨੂੰ ਸ਼ੁਰੂ ਕਰਾ ਸਕਦੇ ਆ। ਸ਼ੂਗਰ ਨੂੰ ਸ਼ੁਰੂ ਕਰਨ ਦੇ ਸਭ ਤੋਂ ਵੱਡੇ ਰਿਸਪੋਂਸੀਬਲ ਫੈਕਟਰ ਇਹ ਹੀ ਹੋਣਗੇ। ਜੀ ਬਿਲਕੁਲ, ਡਾਕਟਰ ਸਾਹਿਬ ਨਾਲ ਅਸੀਂ ਗੱਲ ਕਰ ਰਹੇ ਹਾਂ, ਅਗਰ ਜੇ ਤੁਸੀਂ ਆਪਣੇ ਕੋਈ ਸਵਾਲ ਸ਼ੂਗਰ ਸੰਬੰਧੀ ਜਾਂ ਹੋਰ ਕਿਸੇ ਬਿਮਾਰੀ ਸੰਬੰਧੀ ਡਾਕਟਰ ਸਾਹਿਬ ਨਾਲ ਗੱਲ ਕਰਨਾ ਚਾਹੁੰਦੇ ਹੋ, ਤਾਂ ਹੇਠ ਲਿਖੇ ਨੰਬਰ 7183963600 'ਤੇ ਫੋਨ ਕਰਕੇ ਗੱਲ ਕਰ ਸਕਦੇ ਹੋ। ਡਾਕਟਰ ਸਾਹਿਬ ਦਾ ਇਹ ਨੰਬਰ ਹੈ, ਔਰ ਤੁਸੀਂ ਇਸ ਨੰਬਰ 'ਤੇ ਗੱਲ ਕਰਕੇ ਆਪਣੇ ਸਵਾਲ, ਜੋ ਆਪਣੀ ਸਿਹਤ ਬਾਰੇ, ਆਪਣੇ ਕਿਸੇ ਵੀ ਡਿਸੀਜ਼ ਬਾਰੇ ਗੱਲ ਕਰ ਸਕਦੇ ਹੋ। ਅੱਜ ਅਸੀਂ ਜੋ ਸ਼ੂਗਰ ਵਾਲਾ ਕਰ ਰਹੇ ਹਾਂ ਗੱਲ, ਉਸ ਬਾਰੇ ਡਾਕਟਰ ਸਾਹਿਬ ਤੁਹਾਨੂੰ ਪੁੱਛ ਰਹੇ, ਜਿਸ ਤਰ੍ਹਾਂ ਲਾਈਫ ਸਟਾਈਲ ਔਰ ਫੂਡ ਹੈਬਿਟਸ। ਜੀ ਬਿਲਕੁਲ, ਲੈਟਸ ਪੁੱਟ ਇਟ 1 by 1, ਲਾਈਫ ਸਟਾਈਲ। ਹਾਂਜੀ, ਇਹਦੇ ਤੋਂ ਕਿਸ ਤਰ੍ਹਾਂ ਸ਼ੁਰੂ ਹੁੰਦਾ? ਉਹਦੇ 'ਚ ਹੈ ਕਿ ਐਕਟੀਵਿਟੀ ਜਿਹੜੀ ਹੈ ਉਹ ਜ਼ਰੂਰੀ ਹੁੰਦੀ ਹੈ, ਤੁਹਾਡੀ ਐਕਸਰਸਾਈਜ਼ ਬਹੁਤ ਜ਼ਰੂਰੀ ਹੈ, ਔਰ ਖਾਣੇ ਪੀਣੇ 'ਤੇ ਵੀ ਕੰਟਰੋਲ। ਅੱਜ ਕੱਲ੍ਹ ਇੰਨੇ ਬੱਚੇ ਆ ਰਹੇ ਨੇ ਜਿਨ੍ਹਾਂ ਨੂੰ ਸ਼ੂਗਰ ਹੋ ਗਈ ਹੈ, ਔਰ ਉਹ ਕੀ ਹੁੰਦਾ ਤੁਸੀਂ ਦੇਖਿਆ ਹੀ ਹੋਏਗਾ ਕਿ ਬੱਚੇ ਜਿਹੜੇ ਨੇ ਹਰ ਵੇਲੇ ਖਾਂਦੇ ਰਹਿੰਦੇ ਨੇ ਘਰ, ਕੋਈ ਸੋਡਾ, ਕੋਈ ਜੂਸ, ਕੋਈ ਕੁਕੀਜ਼, ਔਰ ਟੀ ਵੀ 'ਤੇ ਬੈਠੇ ਰਹਿੰਦੇ ਹੈ, ਜਾਂ ਮਤਲਬ ਗੇਮਸ ਵਗੈਰਾ ਕੰਪਿਊਟਰ 'ਤੇ, ਐਕਟੀਵਿਟੀ ਹੈ ਨਹੀਂ, ਔਰ ਫਿਰ ਸ਼ੂਗਰ ਇੱਥੇ ਜਿਹੜਾ ਵੈਸਟਰਨ ਫੂਡ ਹੈ ਉਹਦੇ 'ਚ, ਮਤਲਬ ਉਹਦੀ ਸ਼ੂਗਰ ਦੀ ਕੁਆਂਟਿਟੀ ਬਹੁਤ ਜ਼ਿਆਦਾ ਹੈ। ਤੁਸੀਂ ਕੋਈ ਵੀ ਚੀਜ਼ ਲੈ ਲਓ, ਸੀਰੀਅਲ ਲੈ ਲਓ, ਸੋਡਾ ਲੈ ਲਓ, ਜੂਸ ਲੈ ਲਓ, ਇਵਨ ਨੈਚੁਰਲ ਚੀਜ਼ਾਂ ਜਿਹੜੀ ਤੁਸੀਂ ਬਾਏ ਕਰਦੇ ਹੋ ਜੀ, ਸ਼ੂਗਰ ਫਰੀ ਨੇ, ਸ਼ੂਗਰ ਫਰੀ ਉਹਦੇ ਲਿਖਿਆ ਹੁੰਦਾ ਅਕਸਰ ਚੀਜ਼ਾਂ 'ਤੇ ਕਿ ਸ਼ੂਗਰ ਜਿਹੜੀ ਵਾਈਟ ਕ੍ਰਿਸਟਲ ਉਹ ਨਹੀਂ ਹੈ, ਲੇਕਿਨ ਉਹਦੇ 'ਚ ਕੀ ਕਹਿੰਦੇ ਫਰੂਟ ਜੂਸ ਪਾ ਦਿੰਦੇ ਆ, ਅਤੇ ਫਰੂਟ ਜੂਸ ਵੀ ਜਿਹੜਾ ਸ਼ੂਗਰ ਵਾਲਿਆਂ ਵਾਸਤੇ ਠੀਕ ਨਹੀਂ ਹੈ। ਅਤੇ ਇਸ ਵਾਸਤੇ ਮੇਕ ਸ਼ੋਰ ਕਰੋ ਕਿ ਤੁਸੀਂ ਜਦੋਂ ਲੇਬਲ ਚੈੱਕ ਕਰਦੇ ਹੋ, ਅਤੇ ਉਹਦੇ 'ਚ ਹੈ ਕਿ ਸ਼ੂਗਰ ਫਰੀ ਕਾਫੀ ਨਹੀਂ ਹੁੰਦਾ, ਉਹਦੇ 'ਚ ਇਨਗਰੀਡੀਐਂਟਸ ਕਿਆ ਨੇ ਇਹ ਚੈੱਕ ਕਰਨਾ ਚਾਹੀਦਾ। ਜੀ ਬਿਲਕੁਲ, ਵੀ ਆਪਣੇ ਆਪ 'ਚ ਇੱਕ ਮਲਟੀ ਕਰੋਰ ਇੰਡਸਟਰੀ ਹੈ। ਬਿਲਕੁਲ, ਹਾਂਜੀ, ਐਲੋਪੈਥੀ ਦੀ ਵੀ ਕਈ ਹੋਰ ਦੂਜੇ ਲੋਕਾਂ ਨੂੰ ਮਿਸਗਾਈਡ ਕਰਦੀਆਂ ਚੀਜ਼ਾਂ। ਹਾਂਜੀ, ਸ਼ੂਗਰ ਫਰੀ ਲੋਕਾਂ ਨੂੰ ਲੱਗਦਾ ਕਿ ਸ਼ੂਗਰ ਫਰੀ ਹੈ ਇਹ ਖਾ ਲਓ ਤਾਂ ਮੈਨੂੰ ਮੇਰੇ ਲਈ ਠੀਕ ਹੈ, ਰਾਈਟ, ਕਿ ਉਹ ਹੁੰਦਾ ਹੈ ਉਹਨਾਂ ਦੀ ਸਿਹਤਮੰਦ ਕੁਛ ਹੁੰਦਾ ਹੈ ਨਹੀਂ? ਅਗਰ ਜਿਹੜੇ ਡਾਇਬੈਟਿਕ ਲੋਕ ਨੇ, ਅਗਰ ਸ਼ੂਗਰ ਫਰੀ ਹੈ ਲੇਕਿਨ ਉਹਦੇ 'ਚ ਫਰੂਟ ਜੂਸ ਹੈ, ਉਹ ਠੀਕ ਨਹੀਂ ਉਹਨਾਂ ਵਾਸਤੇ, ਉਹਦੇ ਸ਼ੂਗਰ ਵਧੇਗੀ। ਹਾਂਜੀ, ਸ਼ੂਗਰ ਫਰੀ ਹੈ ਤੇ ਸਰ ਖਾ ਲਾਂਗੇ। ਬਿਲਕੁਲ, ਤੇ ਮੇਕ ਸ਼ੋਰ ਤੁਸੀਂ ਕਰੋ, ਫਿਕਰਮੰਦ ਹੈ ਕਿ ਖਾ ਵੀ ਨਹੀਂ, ਸਾਨੂੰ ਫਰਕ ਵੀ ਨਹੀਂ ਪੈ ਰਿਹਾ। ਜੀ ਬਿਲਕੁਲ, ਹਾਂਜੀ, ਰੀਜ਼ਨ ਕਿ ਹਾਂਜੀ ਫਰੂਟ ਜੂਸ ਹੁੰਦਾ ਹੈ, ਕੁਝ ਹੋਰ ਕੰਟੈਂਟ ਹੁੰਦਾ। ਜੀ ਬਿਲਕੁਲ, ਫਰੂਟ ਜੂਸਿਸ ਹੁੰਦੇ ਨੇ, ਤੇ ਉਹਦੀ ਵਜ੍ਹਾ ਨਾਲ ਅਗਰ ਡਾਇਬੈਟਿਕ ਲੋਕ ਨੇ, ਮਤਲਬ ਜਿਹੜੇ ਨਾਰਮਲ ਬੰਦੇ ਜਿਨ੍ਹਾਂ ਨੂੰ ਸ਼ੂਗਰ ਨਹੀਂ ਹੈ, ਤੇ ਫਰੂਟ ਜੂਸ, ਮਤਲਬ ਜੂਸ ਜਿਹੜੀ ਸ਼ੂਗਰ ਹੈ ਫਰੂਟ ਤੋਂ ਬੈਟਰ ਹੈ ਦੈਨ ਵਾਈਟ ਸ਼ੂਗਰ, ਸਮਝ ਗਏ ਨਾ? ਲੇਕਿਨ ਜਿਹਨਾਂ ਲੋਕਾਂ ਨੂੰ ਡਾਇਬਟੀਜ਼ ਹੈ, ਉਹਨਾਂ ਨੂੰ ਫਰੂਟ ਔਰ ਫਰੂਟ ਜੂਸਿਸ ਤੋਂ ਵੀ ਅਵੋਇਡ ਕਰਨਾ ਚਾਹੀਦਾ, ਔਰ ਆਪਣੇ ਖਾਣੇ ਪੀਣੇ 'ਤੇ ਜਿਹੜਾ ਉਹਦੇ 'ਚ ਪ੍ਰੋਟੀਨ ਜ਼ਿਆਦਾ ਯੂਜ਼ ਕਰਨੀ ਚਾਹੀਦੀ ਹੈ, ਔਰ ਜਿਹਦੇ ਵਿੱਚ ਮੀਟ, ਚਿਕਨ, ਫਿਸ਼ ਆ ਜਾਂਦਾ, ਦਾਲਾਂ ਆ ਜਾਂਦੀਆਂ ਨੇ, ਵੈਜੀਟੇਰੀਅਨ ਲੋਕ ਨੇ ਸਬਜ਼ੀਆਂ, ਦਾਲਾਂ ਉਹ ਖਾਣ ਕਰਨ, ਔਰ ਆਟਾ ਔਰ ਚਾਵਲ ਦਾ ਇਸਤੇਮਾਲ ਜਿਹੜਾ, ਔਰ ਸ਼ੂਗਰ ਦਾ ਇਸਤੇਮਾਲ ਜਿਹੜਾ ਉਹ ਘੱਟ ਤੋਂ ਘੱਟ ਕਰਨ, ਬਲਕਿ ਆਟੇ ਵਿੱਚ ਅਗਰ ਤੁਸੀਂ ਚਨੇ ਦਾ ਦਾਣਾ, ਮਤਲਬ ਜਿਹੜਾ ਬੇਸਨ ਹੁੰਦਾ ਉਹ ਮਿਕਸ ਕਰ ਲਓ, ਮਲਟੀਗ੍ਰੇਨ ਕਰ ਲਓ, ਅਤੇ ਉਹ ਪ੍ਰੋਟੀਨ ਜ਼ਿਆਦਾ ਮਿਲੇਗੀ ਤੁਹਾਨੂੰ, ਉਹਦੇ 'ਚ ਸ਼ੂਗਰ ਦੀ ਕੰਟੈਂਟ ਘੱਟ ਹੋ ਜਾਏਗੀ।
ਔਰ ਫਰੂਟ ਬਿਲਕੁਲ ਨਹੀਂ ਖਾਣੇ ਚਾਹੀਦੇ ਸ਼ੂਗਰ ਵਾਲੇ ਬੰਦਿਆਂ ਨੂੰ ਟੋਟਲੀ। ਹਾਂਜੀ ਬਿਲਕੁਲ, ਹਰ ਤਰ੍ਹਾਂ ਦਾ ਫਰੂਟ ਬਿਲਕੁਲ, ਹਾਂਜੀ ਪਰਟੀਕੂਲਰ ਫਰੂਟ ਹੈ ਜੋ ਖਾ ਸਕਦੇ ਸ਼ੂਗਰ ਜ਼ਿਆਦਾ, ਅਗਰ ਕੋਈ ਦਿਲ ਕਰੇ ਆੜੂ ਉਹਦੇ 'ਚ ਘੱਟ ਹੁੰਦੀ ਹੈ ਸ਼ੂਗਰ, ਠੀਕ ਹੈ ਜੀ। ਅਤੇ ਲੇਕਿਨ ਇਹ ਕਿ ਜਾਂ ਗ੍ਰੇਪ ਫਰੂਟ ਹੈ ਜਿਹੜਾ ਉਹਦੇ 'ਚ ਹੁੰਦੀ ਹੈ ਥੋੜ੍ਹੀ, ਲੇਕਿਨ ਅਗਰ ਲੋਕਾਂ ਨੂੰ ਡਾਇਬਟੀਜ਼ ਜਿਨ੍ਹਾਂ ਨੂੰ ਹੈ ਉਹਨਾਂ ਨੂੰ ਚਾਹੀਦਾ ਕਿ ਉਹ ਸ਼ੂਗਰ ਅਗਰ ਉਹਨਾਂ ਦੀ ਕੰਟਰੋਲ 'ਚ ਹੈ ਤਾਂ ਫਿਰ ਕੋਈ ਪ੍ਰੋਬਲਮ ਨਹੀਂ ਉਹਨੂੰ ਹੋਏਗਾ। ਅਤੇ ਅਗਰ ਤੁਸੀਂ ਫਰੂਟ ਖਾ ਕੇ ਫਰੂਟ ਜੂਸਿਸ ਪੀ ਕੇ ਫਿਰ ਦਵਾਈ ਜ਼ਿਆਦਾ ਖਾਓ, ਇਨਸੁਲਿਨ ਜ਼ਿਆਦਾ ਲਾਓ, ਤਾਂ ਇੱਕ ਮਤਲਬ ਤੁਹਾਨੂੰ ਦਵਾਈ ਜ਼ਿਆਦਾ ਖਾਣੀ ਪਏਗੀ। ਔਰ ਅਗਰ ਤੁਸੀਂ ਫਰੂਟ ਵਗੈਰਾ ਨਹੀਂ ਜਾਂ ਮਿੱਠੀਆਂ ਚੀਜ਼ਾਂ ਬੰਦ ਕਰ ਦਿਓਗੇ ਤੁਹਾਡੀ ਸ਼ੂਗਰ ਕੰਟਰੋਲ 'ਚ ਹੋਣੀ ਸ਼ੁਰੂ ਹੋ ਜਾਏਗੀ। ਔਰ ਐਲੋਪੈਥਿਕ ਦਵਾਈਆਂ ਦੇ ਕਾਫੀ ਸਾਈਡ ਇਫੈਕਟਸ ਹੁੰਦੇ ਆ, ਸਮਝ ਗਏ, ਜਿਹਦੇ ਇਨਸੁਲਿਨ ਨਾਲ ਵੀ ਸਪੈਸ਼ਲੀ ਤੁਹਾਡਾ ਵੇਟ ਬਹੁਤ ਵਧਣਾ ਸ਼ੁਰੂ ਹੋ ਜਾਂਦਾ। ਅਤੇ ਇਸ ਵਾਸਤੇ ਚਾਹੀਦਾ ਕਿ ਤੁਸੀਂ ਅਗਰ ਹੋਮਿਓਪੈਥਿਕ ਹਰਬਲ ਦਵਾਈ ਸ਼ੁਰੂ ਕਰੋ ਔਰ ਆਸਤੇ ਆਸਤੇ ਸ਼ੁਰੂ ਕਰੋ, ਔਰ ਆਪਣੀ ਇੰਗਲਿਸ਼ ਦਵਾਈ ਜਿਹੜੀ ਹੈ ਤੁਹਾਡੀ ਆਸਤੇ ਆਸਤੇ ਟੇਪਰ ਆਫ ਹੁੰਦੀ ਜਾਏਗੀ। ਤੁਸੀਂ ਆਪਣੇ ਡਾਕਟਰ ਕੋਲ ਜਾਣਾ, ਚੈੱਕਅਪ ਉੱਥੇ ਕਰਾਉਣਾ ਔਰ ਦਵਾਈ ਇਹ ਖਾਣੀ ਹੈ। ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਐਲੋਪੈਥਿਕ ਦਵਾਈਆਂ ਜਿਹੜੀਆਂ ਉਹਨਾਂ ਦੇ ਸਾਈਡ ਇਫੈਕਟ ਦੀ ਵਜ੍ਹਾ ਨਾਲ ਵੀ ਸ਼ੂਗਰ ਵੱਧ ਸਕਦੀ ਹੈ ਔਰ ਐਸਾ ਹੁੰਦਾ, ਮਤਲਬ ਵੇਟ ਵੱਧ, ਔਰ ਹੋਮਿਓਪੈਥਿਕ ਜਿਹੜੀ ਦਵਾਈਆਂ ਇਹਨਾਂ ਦਾ ਕੋਈ ਸਾਈਡ ਇਫੈਕਟ? ਹਾਂਜੀ, ਯੂਜੁਅਲੀ ਇਨਸੁਲਿਨ, ਵੈਲਿਡ ਪੁਆਇੰਟ ਹੈ ਜੀ, ਇਨਸੁਲਿਨ ਨਾਲ ਵਜ਼ਨ ਵਧਣਾ ਸ਼ੁਰੂ ਹੋ ਜਾਂਦਾ ਹੈ ਔਰ ਉਹ ਫਿਰ ਸ਼ੂਗਰ ਹੋਰ ਵੱਧ ਰਹੀ ਹੈ, ਅਗਰ ਤੁਹਾਡਾ ਵਜ਼ਨ ਵਧਿਆ ਹੋਰ ਤੁਹਾਨੂੰ ਪ੍ਰੋਬਲਮ ਵੱਧ ਜਾਂਦੇ। ਔਰ ਓਵਰਆਲ ਮਾਡਰਨ ਲਾਈਫ ਸਟਾਈਲ ਜਿਹੜਾ ਹੈ ਉਹ ਓਵਰ ਈਟਿੰਗ ਹੋ ਰਹੀ ਹੈ ਬਹੁਤ ਜ਼ਿਆਦਾ ਜੀ। ਅਗਰ ਤੁਹਾਨੂੰ ਕੈਲਰੀਜ਼ ਜਿੰਨੀਆਂ ਚਾਹੀਦੀਆਂ ਨੇ ਅਗਰ ਉਹਦੇ ਤੋਂ ਥੋੜ੍ਹੀ ਘੱਟ ਹੀ ਖਾਓਗੇ ਤਾਂ ਉਹ ਜ਼ਿਆਦਾ ਬੈਟਰ ਹੈ, ਰਾਦਰ ਦੈਨ ਅਗਰ ਤੁਸੀਂ ਜਿੰਨੀਆਂ ਕੈਲਰੀਜ਼ ਤੁਹਾਨੂੰ ਬਾਡੀ ਨੂੰ ਚਾਹੀਦੀਆਂ ਨੇ ਜ਼ਿਆਦਾ ਖਾ ਰਹੇ ਹੋ ਅਤੇ ਉਹ ਹਰ ਹਫ਼ਤੇ ਮਤਲਬ ਤੁਹਾਡਾ ਵੇਟ ਵਧਣਾ ਸ਼ੁਰੂ ਹੋ ਜਾਏਗਾ। ਔਰ ਵੇਟ ਅਗਰ ਵਧੇਗਾ ਤੁਹਾਡੇ ਬੋਨਸ 'ਤੇ ਵੀ ਜ਼ੋਰ ਪਏਗਾ, ਜੋੜਾਂ ਦਾ ਦਰਦ, ਸ਼ੂਗਰ, ਬਲੱਡ ਪ੍ਰੈਸ਼ਰ, ਔਰ ਆਪਣੀ ਤੁਸੀਂ ਐਨਰਜੀ ਲੈਵਲ ਤੁਹਾਡਾ ਨਹੀਂ ਰਹੇਗਾ ਉਹ ਜਿਹੜਾ ਕਿ ਤੁਸੀਂ ਅਗਰ ਤੁਹਾਡਾ ਨੋਰਮਲ ਵੇਟ ਹੈ, ਅਗਰ ਜ਼ਿਆਦਾ ਵੇਟ ਹੈ ਤੁਸੀਂ ਆਪੇ ਉੱਠ ਹੀ ਨਹੀਂ ਸਕੋਗੇ, ਹਰਕਤ ਹੀ ਨਹੀਂ, ਮਤਲਬ ਬਾਡੀ ਨੂੰ ਮਤਲਬ ਮੂਵਮੈਂਟ ਕਰਨੇ 'ਚ ਬਹੁਤ ਪ੍ਰੋਬਲਮ ਹੋਏਗੀ। ਔਰ ਉਹਦੇ 'ਚ ਸਪੈਸ਼ਲੀ ਮੈਨ ਵਾਸਤੇ ਵੀ ਜਿਹੜਾ ਉਹ ਸੈਕਸ਼ੁਅਲ ਵੀਕਨੈਸ ਜਿਹੜੀ ਹੈ ਬਹੁਤ ਜ਼ਿਆਦਾ ਹੋ ਜਾਂਦੀ ਹੈ ਅਗਰ ਤੁਸੀਂ ਵੇਟ ਜ਼ਿਆਦਾ ਤੁਹਾਡਾ ਔਰ ਸ਼ੂਗਰ ਅਗਰ ਕੰਟਰੋਲ 'ਚ ਨਹੀਂ ਹੈ ਅਤੇ ਤੁਹਾਡੇ ਔਰਗਨ ਜਿਹੜੇ ਨੇ ਬਾਡੀ ਦੇ ਉਹ ਮਤਲਬ ਉਹ ਡੈਮੇਜ ਹੁੰਦੇ ਆ, ਸਪੈਸ਼ਲੀ ਕਿਡਨੀਸ, ਤੁਹਾਡਾ ਲਿਵਰ, ਕਿਡਨੀ ਔਰ ਤੁਹਾਡੇ ਨਰਵਸ ਡੈਮੇਜ ਹੁੰਦੇ ਆ, ਤੁਹਾਡੀ ਮੈਮਰੀ ਦਾ ਪ੍ਰੋਬਲਮ ਹੁੰਦਾ, ਤੁਹਾਡਾ ਮਤਲਬ ਬਲੱਡ ਸਰਕੂਲੇਸ਼ਨ ਇਫੈਕਟ ਹੁੰਦੀ ਹੈ ਅਤੇ ਬੜਾ ਮਾਸ ਇਫੈਕਟ ਹੈ, ਮਤਲਬ ਹਰ ਜਗ੍ਹਾ ਤੋਂ ਕਾਫੀ ਜੀ ਨੁਕਸਾਨ ਹੁੰਦਾ। ਹਾਂਜੀ, ਔਰ ਸ਼ੂਗਰ ਜਿਹੜੀ ਹੈ ਨਾ ਅਗਰ ਸ਼ੂਗਰ ਕੰਟਰੋਲ 'ਚ ਹੈ ਤਾਂ ਕੋਈ ਪ੍ਰੋਬਲਮ ਨਹੀਂ, ਅਗਰ ਸ਼ੂਗਰ ਕੰਟਰੋਲ ਨਹੀਂ ਤਾਂ ਸਾਰੀਆਂ ਬਿਮਾਰੀਆਂ ਦੀ ਉਹ ਵਜ੍ਹਾ। ਦਰਸ਼ਕੋ ਜੀ, ਤੁਹਾਨੂੰ ਦੱਸ ਦਈਏ ਕਿ ਸ਼ੂਗਰ ਇੱਕ ਐਸੀ ਬਿਮਾਰੀ ਹੈ ਜਿਹੜੀ ਮਤਲਬ ਲਾ ਇਲਾਜ ਤਾਂ ਨਹੀਂ ਹੈ, ਇਲਾਜ ਹੈ, ਹੋਮਿਓਪੈਥੀ 'ਚ ਵੀ ਹੈ, ਹਰਬਲ ਦਵਾਈਆਂ ਨਾਲ ਉਹਦਾ ਤੁਸੀਂ ਬਿਹਤਰ ਇਲਾਜ ਕਰ ਸਕਦੇ ਹੋ। ਜਿਸ ਤਰ੍ਹਾਂ ਡਾਕਟਰ ਸਾਹਿਬ ਦੱਸ ਰਹੇ ਕਿ ਉਹਦੇ ਨਾਲ ਲੋਕਾਂ ਦੀ ਲਾਈਫ ਸਟਾਈਲ ਔਰ ਫੂਡ ਹੈਬਿਟਸ ਦੇ ਨਾਲ ਉਹਦਾ ਬੜਾ ਫਰਕ ਪੈਂਦਾ। ਜੇ ਤੁਸੀਂ ਆਪਣੀ ਇਸ ਬਿਮਾਰੀ ਸੰਬੰਧਿਤ ਜਾਂ ਹੋਰ ਕੋਈ ਵੀ ਸਵਾਲ ਪੁੱਛਣਾ ਚਾਹੁੰਦੇ ਹੋ, ਡਾਕਟਰ ਸਾਹਿਬ ਨੂੰ 7183963600 'ਤੇ ਫੋਨ ਕਰ ਸਕਦੇ ਹੋ। ਡਾਕਟਰ ਸਾਹਿਬ ਦਾ ਨਿਊਯਾਰਕ ਵਿੱਚ ਕਲੀਨਿਕ ਹੈ, ਤੁਸੀਂ ਉੱਥੇ ਗੱਲ ਕਰ ਸਕਦੇ ਹੋ। ਦੁਨੀਆ ਭਰ ਦੇ ਲੋਕ ਇਹਨਾਂ ਨੂੰ ਫੋਨ 'ਤੇ ਕੰਸਲਟ ਕਰਦੇ ਨੇ, ਦੁਨੀਆ ਭਰ ਤੋਂ ਲੋਕ ਇਹਨਾਂ ਤੋਂ ਦਵਾਈ ਮੰਗਾਉਂਦੇ ਨੇ। ਤੁਹਾਨੂੰ ਕੋਈ ਸਵਾਲ ਪੁੱਛਣਾ ਹੈ ਤਾਂ ਇਸ ਨੰਬਰ 'ਤੇ ਫੋਨ ਕਰਕੇ ਤੁਸੀਂ ਡਾਕਟਰ ਸਾਹਿਬ ਨਾਲ ਸਿੱਧਾ ਗੱਲ ਕਰ ਸਕਦੇ ਹੋ। ਡਾਕਟਰ ਸਾਹਿਬ, ਇੱਕ ਗੱਲ ਤੁਸੀਂ ਹੁਣ ਦੱਸ ਰਹੇ ਸੀ ਕਿ ਫੂਡ ਹੈਬਿਟਸ ਔਰ ਲਾਈਫ ਸਟਾਈਲ ਦਾ ਫਰਕ ਪੈਂਦਾ ਹੈ। ਹੁਣ ਅਸੀਂ ਗੱਲ ਕਰ ਰਹੇ ਸੀ ਕਿ ਛੋਟੇ ਬੱਚੇ ਵੀ ਜਿਹੜੇ ਨੇ ਉਹ ਵੀ ਸ਼ਿਕਾਰ ਹੋ ਰਹੇ ਨੇ, ਤਾਂ ਕੋਈ ਪਰਟੀਕੁਲਰ ਏਜ ਗਰੁੱਪ ਵੀ ਹੈ ਬੱਚਿਆਂ ਤੋਂ ਅੱਗੇ ਜਾ ਕੇ ਜਿਹੜੇ ਯੂਥ ਨੇ ਜਾਂ ਅੱਗੇ ਬਜ਼ੁਰਗ ਨੇ, ਆਰ ਦੇ ਗੈਟਿੰਗ ਆਲਸੋ ਦਿਸ, ਇਹਦੇ 'ਚ ਉਹਨਾਂ ਦਾ ਵੀ ਫਰਕ ਪੈ ਰਿਹਾ? ਜੀ ਬਿਲਕੁਲ, ਹਾਂਜੀ, ਹਰ ਏਜ ਦੇ, ਹਰ ਏਜ ਦੇ, ਔਰ ਜ਼ਿਆਦਾਤਰ ਅੱਜ ਕੱਲ੍ਹ ਬੱਚੇ ਜ਼ਿਆਦਾ ਪੇਸ਼ੈਂਟ। ਅਸੀਂ ਕੋਈ ਏਜ ਬ੍ਰੈਕਟ ਕਰੀਏ ਵੀ ਇਸ ਏਜ ਦੇ, ਐਸਾ ਕੁਝ ਨਹੀਂ ਹੈ? ਨਹੀਂ ਨਹੀਂ, ਐਸਾ ਨਹੀਂ। ਔਰ ਇੱਕ ਦੂਸਰੀ ਚੀਜ਼ ਜਿਹੜੀ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਹੋ ਰਹੀ ਹੈ ਕਿ ਅਗਰ ਤੁਸੀਂ ਪ੍ਰੀਵੈਂਟ ਕਰਦੇ ਹੋ ਚੀਜ਼ਾਂ, ਮਤਲਬ ਹੋਣੇ ਤੋਂ ਪਹਿਲਾਂ ਬਿਮਾਰੀ ਨੂੰ ਬਚਾਇਆ ਜਾਏ ਉਹ ਜ਼ਿਆਦਾ ਬੈਟਰ ਹੈ। ਔਰ ਹੋਮਿਓਪੈਥਿਕ ਹਰਬਲ 'ਚ ਕੀ ਹੈ ਕਿ ਜ਼ਿਆਦਾ ਪ੍ਰੀਵੈਂਸ਼ਨ ਹੈ। ਹੁਣ ਅਕਸਰ ਲੋਕਾਂ ਨੂੰ ਪ੍ਰੀ ਡਾਇਬੈਟਿਕ ਲੋਕ ਨੇ ਜਿਹੜੇ ਕਿ ਡਾਕਟਰ ਚੈੱਕਅਪ ਕਰਦੇ ਆ, ਉਹਨਾਂ ਦਾ A1C ਜਿਹੜਾ ਐਵਰੇਜ ਬਲੱਡ ਸ਼ੂਗਰ 3 ਮਹੀਨੇ ਦਾ ਜ਼ਿਆਦਾ ਆਉਂਦਾ ਥੋੜ੍ਹਾ ਜਿਹਾ, ਅਤੇ ਉਹ ਦੱਸਦੇ ਆ ਕਿ ਤੁਹਾਨੂੰ ਸ਼ੂਗਰ ਹੋਣੇ ਦਾ ਚਾਂਸ ਹੈ, ਅਤੇ ਤੁਸੀਂ ਇਹਦਾ ਖਾਣੇ ਪੀਣੇ 'ਤੇ ਪਰਹੇਜ਼ ਕਰਕੇ ਇਹਨੂੰ ਕੰਟਰੋਲ ਕਰੋ ਤਾਂ ਕਿ ਤੁਹਾਨੂੰ ਸ਼ੂਗਰ ਹੋ ਨਾ ਜਾਏ। ਅਤੇ ਉਹ ਬੈਸਟ ਟਾਈਮ ਹੈ ਤੁਸੀਂ ਹੋਮਿਓਪੈਥਿਕ ਹਰਬਲ ਦਵਾਈ ਖਾ ਕੇ ਅਗਰ 4-6 ਮਹੀਨੇ ਉਹ ਤੁਸੀਂ ਖਾਓਗੇ ਤਾਂ ਤੁਹਾਡੀ ਉਹ ਪ੍ਰੀ ਡਾਇਬੈਟਿਕ ਵੀ ਜਿਹੜੀ ਹੈ ਕੰਟਰੋਲ 'ਚ ਆ ਜਾਏਗੀ। ਹਾਂਜੀ, ਤੁਹਾਨੂੰ ਲੱਗ ਰਿਹਾ ਫੋਨ 'ਤੇ ਦਰਸ਼ਕ ਸਵਾਲ ਪੁੱਛਣਾ ਚਾਹੁੰਦੇ। ਹੈਲੋ, ਹਾਂਜੀ, ਤੁਸੀਂ ਡਾਕਟਰ ਚੌਧਰੀ ਸਾਹਿਬ ਨੂੰ ਕੁਝ ਪੁੱਛਣਾ ਚਾਹੁੰਦੇ ਹੋ? ਸਵਾਲ ਆਪਣਾ ਦੱਸੋ ਜੀ। ਡਾਕਟਰ ਚੌਧਰੀ ਸਾਹਿਬ ਨੂੰ ਕਹੋ ਕਿ ਆਪਣਾ ਵੇਟ ਘਟਾਉਣਾ, ਉਹਦਾ ਵੇਟ ਬਹੁਤ ਨਜ਼ਰ ਆ ਰਿਹਾ ਹੈ। ਅੱਛਾ ਜੀ, ਤੁਸੀਂ ਦੇਖ ਲੋਗੇ ਬਾਕੀ ਕੰਟਰੋਲ ਜਾਣਾ ਸ਼ੁਰੂ ਹੋ ਜਾਏਗਾ। ਥੈਂਕ ਯੂ।
ਤੇ ਉਹ ਇੱਕ ਚੀਜ਼ ਹੈ ਕਿ ਜਿਸ ਸ਼ੂਗਰ ਦੀ ਅਸੀਂ ਗੱਲ ਕਰ ਰਹੇ ਹਾਂ, ਦਰਸ਼ਕ ਸਾਨੂੰ ਸਵਾਲ ਕਰਕੇ ਪੁੱਛ ਸਕਦੇ ਨੇ ਸਵਾਲ ਆਪਣੇ ਜੋ ਵੀ ਉਹਨਾਂ ਨੂੰ ਪੁੱਛਣਾ ਚਾਹੁੰਦੇ। ਆਪਾਂ ਜਿੱਦਾਂ ਹੁਣ ਗੱਲ ਕਰ ਰਹੇ ਏਜ ਬ੍ਰੈਕਿਟ ਦੀ ਗੱਲ ਕਰ ਰਹੇ ਹਾਂ, ਹੁਣ ਇੱਕ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਜੋ ਹੋਮਿਓਪੈਥੀ ਔਰ ਹਰਬਲ ਦਵਾਈ ਅਸੀਂ ਵਾਊਚ ਕਰ ਰਹੇ ਹਾਂ ਕਿ ਉਹ ਲੈ ਕੇ ਉਹਨਾਂ ਨੂੰ ਖਾਣੀ ਚਾਹੀਦੀ ਹੈ, ਅਤੇ ਹੋਮਿਓਪੈਥੀ ਦੇ ਵਿੱਚ ਸ਼ੂਗਰ ਨੂੰ ਲੈ ਕੇ ਸਭ ਤੋਂ ਅੱਛੀ ਮੈਡੀਸਿਨ ਕਿਆ ਹੈ ਔਰ ਕਿੰਨੀ ਦੇਰ 'ਚ ਇਹਦਾ ਟ੍ਰੀਟਮੈਂਟ ਹੋ ਸਕਦਾ? ਦੇਖੋ, ਇੱਕ ਤਾਂ ਸਾਡਾ ਸੁਪਰ ਡਾਇਬੈਟਿਕ ਫਾਰਮੂਲਾ ਜਿਹੜੇ ਕਿ ਬਹੁਤ ਲੋਕ ਯੂਜ਼ ਕਰ ਰਹੇ ਨੇ, ਉਹਦੇ ਵਿੱਚ 52 ਡਿਫਰੈਂਟ ਇਨਗਰੀਡੀਅੰਟਸ ਨੇ ਜਿਹਦੇ ਵਿੱਚ ਹਰਬਲ, ਹੋਮਿਓਪੈਥਿਕ, ਵਾਈਟਾਮਿਨ, ਨਿਊਟ੍ਰੀਸ਼ਨ, ਸਾਰੇ ਉਹਦੇ 'ਚ ਨਿਊਟ੍ਰੀਸ਼ਨਲ ਜਿਹੜੀ ਜ਼ਰੂਰਤ ਹੈ ਨੇ ਬਾਡੀ ਨੂੰ ਉਹ ਉਹਦੇ 'ਚ ਹੈ ਨੇ। ਅਤੇ ਉਹ ਦੋ ਗੋਲੀਆਂ ਜਿਹੜੀਆਂ ਖਾਣੇ ਦੇ ਨਾਲ ਖਾਧੀਆਂ ਜਾਂਦੀਆਂ ਨੇ, ਔਰ ਜਦੋਂ ਤੁਸੀਂ ਬਲੱਡ ਆਪਣੀ ਸ਼ੂਗਰ ਚੈੱਕ ਕਰਦੇ ਹੋ ਉਸ ਹਿਸਾਬ ਨਾਲ ਉਹਨੂੰ ਐਡਜਸਟ ਕਰ ਲੈਂਦੇ। ਉਹਦਾ ਸੁਪਰ ਡਾਇਬੈਟਿਕ ਫਾਰਮੂਲਾ, ਹਾਂਜੀ, ਉਹਦੇ 'ਚ ਉਹ ਜੜੀ ਬੂਟੀਆਂ, ਕੌੜੀ ਜੜੀ ਬੂਟੀਆਂ ਹੁੰਦੀਆਂ ਨੇ, ਔਰ ਹੋਮਿਓਪੈਥਿਕ ਵਿੱਚ ਜਿਹੜਾ ਕਿ ਉਹ ਕੁਝ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਜਿਹੜੀਆਂ ਕਿ ਸ਼ੂਗਰ ਵਾਲੇ ਬੰਦਿਆਂ ਨੂੰ ਜਿਹੜੇ ਪ੍ਰੋਬਲਮਸ ਹੋਣੇ ਤੋਂ ਬਚਾਉਂਦੇ ਨੇ, ਜਿਸ ਤਰ੍ਹਾਂ ਉਹਨਾਂ ਨੂੰ ਅਗਰ ਨਰਵ ਦਾ ਪ੍ਰੋਬਲਮ ਹੋ ਗਿਆ ਜਾਂ ਕਿਡਨੀ ਫੰਕਸ਼ਨ ਸਹੀ ਨਹੀਂ ਹੋ ਰਿਹਾ, ਅਤੇ ਉਹਦੇ ਵਾਸਤੇ ਫਿਰ ਹੋਮਿਓਪੈਥਿਕ ਦੀ ਦਵਾਈਆਂ ਨਾਲ ਦਿੱਤੀਆਂ ਜਾਂਦੀਆਂ ਨੇ, ਔਰ ਨਾਲ ਇੱਕ ਜੰਬੋਲੀਨਮ ਹੈ ਜਿਹੜਾ ਜਾਮਨੂਆਂ ਦਾ ਉਹਦੀਆਂ ਸੀਡਸ ਦਾ ਐਕਸਟ੍ਰੈਕਟ ਹੁੰਦਾ, ਉਹ ਮਦਰ ਟਿੰਕਚਰ 'ਚ ਯੂਜ਼ ਹੁੰਦਾ ਹੋਮਿਓਪੈਥਿਕ ਵਿੱਚ। ਹਾਂਜੀ ਹਾਂਜੀ, ਇੱਕ ਦਰਸ਼ਕ ਹੋਰ ਨੇ ਸਾਡੇ ਨਾਲ ਸਵਾਲ ਪੁੱਛਣਾ ਚਾਹੁੰਦੇ ਨੇ। ਅਤੇ ਇੱਕ ਹੋਰ ਤੁਸੀਂ ਸਾਨੂੰ ਇਹ ਦੱਸੋ, ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਹਾਂ, ਜਿਸ ਤਰ੍ਹਾਂ ਅਸੀਂ ਸ਼ੂਗਰ ਉਹਦੀ ਗੱਲ ਕਰ ਰਹੇ ਸੀ, ਬਲੱਡ ਪ੍ਰੈਸ਼ਰ ਦੀ ਲੋ ਹੋ ਜਾਂਦਾ ਅਤੇ ਹਾਈ ਹੋ ਜਾਂਦਾ, ਇੱਦਾਂ ਸ਼ੂਗਰ ਵੀ ਲੋ ਔਰ ਹਾਈ? ਹਾਂਜੀ, ਅੱਜ ਕੱਲ੍ਹ ਜ਼ਿਆਦਾ ਲੋਕਾਂ ਨੂੰ ਹਾਈ ਹੋ। ਨਿਊਯਾਰਕ 'ਚ ਤੁਹਾਡਾ ਕਲੀਨਿਕ ਹੈ, ਜੋ ਮਰੀਜ਼ ਤੁਹਾਡੇ ਕੋਲ ਆਉਂਦੇ ਨੇ ਜੋ ਫੋਨ 'ਤੇ ਗੱਲ ਕਰਦੇ ਨੇ, ਤੁਸੀਂ ਜ਼ਿਆਦਾਤਰ ਟ੍ਰੈਂਡ ਕਿਸ ਚੀਜ਼ ਦਾ ਦੇਖਦੇ ਹੋ, ਲੋ ਔਰ ਹਾਈ? ਜ਼ਿਆਦਾ ਹਾਈ ਹੁੰਦਾ, 99% 'ਤੇ ਹਾਈ ਹੁੰਦਾ ਲੋਕਾਂ ਦਾ, ਬਹੁਤ ਘੱਟ ਜਿਹੜਾ ਲੋ ਬਲੱਡ ਪ੍ਰੈਸ਼ਰ ਵਾਲੇ ਬਹੁਤ ਘੱਟ। ਹਾਂਜੀ ਬਿਲਕੁਲ। ਅਤੇ ਹਾਈ ਬਲੱਡ ਪ੍ਰੈਸ਼ਰ ਦੇ ਵਾਸਤੇ ਤੁਸੀਂ ਕੀ ਹੋਰ ਰਿਕਮੈਂਡ ਕਰਨਾ ਚਾਹੁੰਦੇ ਹੋ? ਵਟ ਐਗਜੈਕਟਲੀ ਦੇ ਸ਼ੁੱਡ ਟੇਕ ਕੇਅਰ ਕਿ ਹਾਈ ਬਲੱਡ ਪ੍ਰੈਸ਼ਰ ਦੀ ਵਜ੍ਹਾ ਨਾਲ ਉਹਨਾਂ ਨੂੰ ਇਹ ਵੀ ਹੈ ਕਿ ਇੰਟਰਨਲ ਜਿਹੜੇ ਔਰਗਨਸ ਨੇ ਉਹਨਾਂ ਨੂੰ ਨੁਕਸਾਨ ਪਹੁੰਚ ਜਾਂਦਾ? ਜੀ ਜੀ ਬਿਲਕੁਲ। ਇਹਦੇ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ? ਜੀ ਬਿਲਕੁਲ, ਦਰਸ਼ਕਾਂ ਨੂੰ ਆਗਾਹ ਕਰਨਾ ਚਾਹੋਗੇ ਕਿ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਔਰਗਨਸ ਨੂੰ ਇਹ ਨੁਕਸਾਨ ਪਹੁੰਚ ਸਕਦਾ? ਜੀ ਬਿਲਕੁਲ, ਉਹ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਦਾ ਕਿ ਅਗਰ ਅਨਕੰਟਰੋਲ ਕੋਈ ਵੀ ਚੀਜ਼ ਹੈ ਨਾ, ਅਗਰ ਡਾਇਬੈਟਿਕ ਹੈ ਜਾਂ ਬਲੱਡ ਪ੍ਰੈਸ਼ਰ ਹੈ, ਅਗਰ ਕੰਟਰੋਲ 'ਚ ਨਹੀਂ ਹੈ ਤਾਂ ਫਿਰ ਤੁਹਾਡੇ ਇੰਟਰਨਲ ਔਰਗਨ ਡੈਮੇਜ ਹੁੰਦੇ ਆ, ਸਭ ਤੋਂ ਜ਼ਿਆਦਾ ਕਿਡਨੀ ਡੈਮੇਜ ਹੁੰਦਾ ਹਾਈ ਬਲੱਡ ਪ੍ਰੈਸ਼ਰ। ਤੁਸੀਂ ਕਾਲ ਲੈ ਲਓ। ਕਾਲ ਆ ਰਹੀ ਜੀ ਦਰਸ਼ਕ ਦੀ। ਹੈਲੋ, ਰਿਜੈਕਸ਼ਨ ਦੀ ਦਵਾਈ ਤਾਂ ਮੈਂ ਖਾਈ ਜਾਂਦਾ ਜੀ, ਤੇ ਹੁਣ ਮੈਨੂੰ ਜਿਹੜਾ ਡਾਕਟਰ ਕਹਿੰਦੇ ਟੀਬੀ ਹੋ ਗਈ ਆ, ਉਹ ਦਵਾਈ ਖਾਣੀ ਪੈਂਦੀ, 5 ਮਹੀਨੇ ਹੋ ਗਏ, ਤੇ ਮੇਰਾ ਹੁਣ ਸਰੀਰ ਹੀ ਜਿੱਦਾਂ ਖੜੀ ਜਾਂਦਾ, ਜਿੱਦਾਂ ਲੱਤਾਂ ਬਾਹਾਂ, ਜਿੱਦਾਂ ਤੁਰਨਾ ਬੜੀ ਪ੍ਰੋਬਲਮ ਆਉਂਦੀ ਹੈ ਜਿੱਦਾਂ। ਤੁਹਾਡੀ ਕਿੰਨੀ ਏਜ ਹੈ, ਉਮਰ ਕਿੰਨੀ ਹੈ? ਉਮਰ ਤਾਂ ਮੇਰੀ ਅਬਾਊਟ 70 ਈਅਰ ਹੋ ਗਈ। ਓਕੇ, 70 ਹੈ। ਓਕੇ, ਕਿਡਨੀ ਟ੍ਰਾਂਸਪਲਾਂਟ ਕਰਾਈ ਤੁਸੀਂ? ਠੀਕ ਹੈ ਜੀ, ਡਾਕਟਰ ਸਾਹਿਬ ਤੋਂ ਗੱਲ ਕਰਾਣੇ ਤੁਹਾਡੀ। ਤੇ ਤੁਹਾਨੂੰ ਇਹਨਾਂ ਨੂੰ ਕੀ ਪ੍ਰੀਕਾਸ਼ਨ ਲੈਣਾ ਚਾਹੀਦਾ? ਇਹਨਾਂ ਨੂੰ ਟ੍ਰਾਂਸਪਲਾਂਟ ਹੈ, 70 ਏਅਰ ਦੀ ਏਜ ਹੈ, ਬਜ਼ੁਰਗ ਏਜ ਦੇ ਵਿੱਚ। ਹਾਂਜੀ, ਉਹ ਜਿਹੜੀ ਡਾਕਟਰ ਉਹਨਾਂ ਨੂੰ ਦਵਾਈ ਦੇ ਰਹੇ ਨੇ ਉਹ ਤੇ ਲੈਣੀ ਚਾਹੀਦੀ ਹੈ। ਹੁਣ ਟੀਬੀ ਹੋ ਗਈ ਹੈ, ਉਹਦੀ ਵਜ੍ਹਾ ਨਾਲ ਉਹਨਾਂ ਨੂੰ ਕੋਰਸ ਕਰਾ ਰਹੇ ਨੇ, 5-6 ਮਹੀਨੇ ਦੀ, 6 ਮਹੀਨੇ ਦਾ ਕੋਰਸ ਹੁੰਦਾ, ਉਹ ਵੀ ਉਹਨਾਂ ਨੂੰ ਕਰਨਾ ਚਾਹੀਦਾ। ਲੇਕਿਨ ਉਹਨਾਂ ਦਾ ਜਿਹੜਾ ਸਰੀਰ ਕਮਜ਼ੋਰ ਹੋ ਰਿਹਾ, ਉਹਦੇ ਵਾਸਤੇ ਹੋਮਿਓਪੈਥਿਕ ਹਰਬਲ 'ਚ ਸਾਡੇ ਕੋਲ ਸਪਲੀਮੈਂਟ ਹੁੰਦੇ ਆ, ਜਿਸ ਤਰ੍ਹਾਂ ਮੇਲ ਫਾਰਮੂਲਾ ਹੈ, ਜੁਆਇੰਟ ਫਾਰਮੂਲਾ ਹੈ, ਯੂਥ ਫਾਰਮੂਲਾ, ਉਹ ਕਿਸੇ ਇੰਟਰੈਕਸ਼ਨ ਤੋਂ ਬਗੈਰ ਕੋਈ ਵੀ ਬੰਦਾ ਕੋਈ ਦਵਾਈ ਖਾ ਰਿਹਾ ਉਹ ਖਾ ਸਕਦੇ ਨੇ। ਅਤੇ ਇਹਨਾਂ ਨੂੰ ਚਾਹੀਦਾ ਕਿ ਆਰਡਰ ਕਰਕੇ ਜੁਆਇੰਟ ਫਾਰਮੂਲਾ, ਯੂਥ ਫਾਰਮੂਲਾ ਔਰ ਮੇਲ ਫਾਰਮੂਲਾ, ਇਹ ਟੈਬਲੇਟ ਨੇ ਇਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਆਪਾਂ ਘਰ ਪੰਜੀਰੀ ਬਣਾ ਕੇ ਖਾਈ ਦੀ ਹੈ, ਅਤੇ ਜਸਟ ਲਾਈਕ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਇਹਦੇ ਵਿੱਚ, ਇਹਦੇ ਕੋਈ ਨੁਕਸਾਨ ਨਹੀਂ, ਕੋਈ ਵੀ ਤੁਸੀਂ ਦਵਾਈ ਖਾ ਰਹੇ ਹੋ ਅਤੇ ਉਹਦੇ ਨਾਲ ਤੁਸੀਂ ਖਾ ਸਕਦੇ ਹੋ, ਇਹਦੇ ਨਾਲ ਤੁਹਾਡੀਆਂ ਬੋਨਸ, ਹੱਡੀਆਂ, ਮਸਲਸ ਵਗੈਰਾ ਔਰ ਤੁਹਾਡੇ ਹਾਰਮੋਨ ਲੈਵਲ ਵਧੇਗਾ, ਜਿਹਦੇ ਨਾਲ ਇਹਨਾਂ ਨੂੰ ਕਮਜ਼ੋਰੀ ਦੇ ਜਿਹੜਾ ਪ੍ਰੋਬਲਮ ਆ ਠੀਕ ਹੋ ਜਾਏਗਾ। ਡਾਕਟਰ ਸਾਹਿਬ ਦੀ ਸਲਾਹ ਮੰਨੀ, ਤੁਸੀਂ ਡਾਕਟਰ ਸਾਹਿਬ ਨਾਲ ਸੰਪਰਕ ਕਰਕੇ ਇਹਨਾਂ ਤੋਂ ਦਵਾਈ ਲੈ ਸਕਦੇ ਹੋ। ਅਗਰ ਤੁਸੀਂ ਆਪਣੇ ਹੋਰ ਵੀ ਕੋਈ ਸਵਾਲ ਸਾਨੂੰ ਪੁੱਛਣਾ ਚਾਹੁੰਦੇ ਹੋ ਤਾਂ 7183963600 ਇਸ ਨੰਬਰ 'ਤੇ ਫੋਨ ਕਰਕੇ ਡਾਕਟਰ ਸਾਹਿਬ ਨਾਲ ਸਿੱਧੇ ਗੱਲ ਕਰ ਸਕਦੇ ਹੋ। ਡਾਕਟਰ ਸਾਹਿਬ, ਜਿਸ ਤਰ੍ਹਾਂ ਹੁਣ ਅਸੀਂ, ਜਿਸ ਤਰ੍ਹਾਂ ਸਾਡੇ ਦਰਸ਼ਕ ਨੇ, ਇੱਕ ਬਜ਼ੁਰਗ ਨੇ, ਉਹਨਾਂ ਨੂੰ ਇੰਨਾ ਫਰਕ ਪੈ ਗਿਆ, ਅਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਸੀ ਕਿ ਇੰਟਰਨਲ ਔਰਗਨਸ ਦੇ ਉੱਤੇ ਨੁਕਸਾਨ ਪੈਂਦਾ ਅਤੇ ਇਟਸ ਲਾਈਫ ਥਰੈਟਨਿੰਗ ਆਲਸੋ ਸਮ, ਬਿਲਕੁਲ ਹਾਂਜੀ, ਹੈ ਵੀ ਇਹਦੇ ਨਾਲ ਕੀ ਨੁਕਸਾਨ, ਲਾਈਫ ਥਰੈਟਨਿੰਗ ਤੱਕ ਕਿੱਥੋਂ ਕਿਸ ਕਿਡਨੀ ਕਿਡਨੀ ਜਿਹੜਾ ਹੈ ਨਾ, ਉਹ ਅਗਰ ਜ਼ਿਆਦਾ ਡੈਮੇਜ ਹੋ ਜਾਏ ਤਾਂ ਜ਼ਾਹਿਰ ਫਿਰ ਟ੍ਰਾਂਸਪਲਾਂਟ ਹੀ ਕਰਾਉਣਾ ਪੈਂਦਾ, ਉਸ ਤੋਂ ਪਹਿਲਾਂ ਉਹਦੀ ਪ੍ਰੀਵੈਂਸ਼ਨ ਬਹੁਤ ਜ਼ਿਆਦਾ ਹੈ। ਹੋਮਿਓਪੈਥਿਕ ਜਗ੍ਹਾ ਦਾ ਇਲਾਜ, ਅਗਰ ਟ੍ਰਾਂਸਪਲਾਂਟ ਤੋਂ ਪਹਿਲਾਂ ਜਿਹੜੀ ਸਿਚੁਏਸ਼ਨ ਹੁੰਦੀ ਹੈ, ਜੇ ਇੱਕਦਮ 'ਤੇ ਕਿਡਨੀ ਖਰਾਬ ਨਹੀਂ,
ਹੁੰਦਾ, ਆਸਤੇ ਆਸਤੇ ਹੁੰਦਾ, ਅਤੇ ਉਹਦੇ ਨਾਲ ਅਗਰ ਉਹਨਾਂ ਦਾ ਹੋਮਿਓਪੈਥਿਕ 'ਚ ਹਰਬਲ 'ਚ ਇਲਾਜ ਕੀਤਾ ਜਾਏ ਤਾਂ ਉਹ ਇਸ ਪ੍ਰੋਬਲਮ ਤੋਂ ਵੀ ਬਚ ਸਕਦੇ ਸੀ। ਅੱਛਾ, ਜਿਸ ਤਰ੍ਹਾਂ ਅਸੀਂ ਕਹਿੰਦੇ ਬਲੱਡ ਪ੍ਰੈਸ਼ਰ ਸਾਇਲੈਂਟ ਹੁੰਦਾ, ਕਿਸੇ ਨੂੰ ਲੋਅ ਹੈ ਜਾਂ ਹਾਈ ਹੈ ਪਤਾ ਨਹੀਂ ਚੱਲਦਾ। ਸ਼ੂਗਰ ਦਾ ਵੀ ਕਿਸ ਤਰ੍ਹਾਂ ਕੀ ਸਿਮਟਮਸ ਹੁੰਦੇ, ਕਿਸੇ ਨੂੰ ਮਹਿਸੂਸ ਹੋਏ ਕਿ ਮੇਰੀ ਸ਼ੂਗਰ ਹਾਈ ਹੈ ਇਸ ਟਾਈਮ? ਇਹਦੀ ਸ਼ੂਗਰ ਵਿੱਚ ਇਹ ਕੀ ਹੁੰਦਾ ਕਿ ਤੁਹਾਡਾ ਤੁਹਾਡੀਆਂ ਔਰ ਹਰ ਇੱਕ ਨੂੰ ਥੋੜ੍ਹੇ ਉਹਨਾਂ ਨੂੰ ਇੱਕ ਸੈਟ ਆਫ ਸਿਮਟਮਸ ਹੁੰਦੇ ਹੈ ਜਿਹਦੇ ਨਾਲ ਕੀ ਹੁੰਦਾ ਕਿ ਤੁਹਾਨੂੰ ਚੱਕਰ ਵੀ ਆ ਸਕਦੇ ਹੈ, ਤੁਹਾਨੂੰ ਬਿਲਕੁਲ ਲੇਜ਼ੀ ਮਹਿਸੂਸ ਕਰਦੇ ਹੋ, ਦਿਲ ਨਹੀਂ ਕਰਦਾ ਮਤਲਬ ਮੂਵ ਕਰਨੇ ਦਾ, ਲੱਤਾਂ ਪੈਰਾਂ 'ਚ ਵੀ ਤੁਹਾਨੂੰ ਨਮਨੈਸ ਸ਼ੁਰੂ ਹੋ ਜਾਂਦੀ ਹੈ, ਔਰ ਯੂਰਿਨ ਜਿਹੜਾ ਸਭ ਤੋਂ ਜ਼ਿਆਦਾ ਆਉਂਦਾ, ਇਹ ਸਭ ਤੋਂ ਵੱਡੀ ਪਹਿਚਾਣ ਹੁੰਦੀ ਹੈ ਟੂ ਮੱਚ ਯੂਰਿਨ। ਕਿਸੇ ਨੂੰ ਲੱਗ ਰਹੇ ਨੇ ਕਿ ਉਹਨਾਂ ਦੀ ਬਾਡੀ ਦੇ ਵਿੱਚ ਇਹ ਸਿਮਟਮਸ ਦਿਖਣੇ ਸ਼ੁਰੂ ਹੋ ਗਏ, ਇਟ ਮੀਨਸ ਹੀ ਹੈਜ਼ ਹਾਈ ਬਲੱਡ ਸ਼ੂਗਰ, ਔਰ ਉਹਨਾਂ ਨੂੰ ਡਾਕਟਰ ਸਾਹਿਬ ਨਾਲ ਗੱਲ ਕਰਕੇ ਹੋਮਿਓਪੈਥੀ ਔਰ ਹਰਬਲ ਦਵਾਈ ਦਾ ਆਪਣਾ ਟ੍ਰੀਟਮੈਂਟ ਲੈਣਾ ਚਾਹੀਦਾ। ਅਗਰ ਹੁਣ ਜਿਸ ਤਰ੍ਹਾਂ ਸ਼ੂਗਰ ਫਰੀ ਦੀ ਅਸੀਂ ਗੱਲ ਕਰ ਰਹੇ ਸੀ, ਸ਼ੂਗਰ ਫਰੀ ਇੱਕ ਮਲਟੀ ਕਰੋਰ ਇੰਡਸਟਰੀ ਹੈ, ਇਹਦੇ 'ਚ ਕਈ ਸਾਰੇ ਪ੍ਰੋਡਕਟ ਹੁੰਦੇ ਨੇ ਜਿਹੜੇ ਸਮਟਾਈਮ ਮਿਸਗਾਈਡ ਵੀ ਕਰਦੇ ਹੋਣਗੇ ਲੋਕਾਂ ਨੂੰ। ਕੋਈ ਐਸੀ ਪਰਟੀਕੁਲਰ ਪ੍ਰੋਡਕਟ ਹੁੰਦਾ ਜਿਹੜਾ ਲੋਕਾਂ ਨੂੰ ਜ਼ਿਆਦਾਤਰ ਮਿਸਗਾਈਡ ਕਰਦਾ ਹੈ, ਬਲੱਡ ਸ਼ੂਗਰ ਜਾਂ ਸ਼ੂਗਰ ਫਰੀ ਕੁਛ ਹੁੰਦੇ ਕਿ ਕੀ ਚੀਜ਼ਾਂ ਹੁੰਦੀਆਂ? ਦੇਖੋ ਉਹਦੇ 'ਚ ਲੋਕਾਂ ਨੂੰ ਖਰੀਦਣ ਵਗੈਰਾ ਪ੍ਰੀਕੋਸ਼ਨ ਲੈਣੀ ਚਾਹੀਦੀ। ਸ਼ੂਗਰ ਫਰੀ 'ਚ ਕਈ ਦਫ਼ਾ ਹੁੰਦਾ ਕਿ ਸੈਕਰੀਨ ਹੁੰਦੀ ਹੈ ਕੈਮੀਕਲੀ, ਉਹਦਾ ਟੇਸਟ ਸਵੀਟ ਹੁੰਦਾ, ਲੇਕਿਨ ਉਹ ਜ਼ਾਹਿਰ ਹੈ ਕੋਈ ਵੀ ਅਨਨੈਚੁਰਲ ਚੀਜ਼ ਹੈ ਜਿਹੜੀ ਮੈਨ ਮੇਡ ਕੋਈ ਵੀ ਚੀਜ਼ ਹੈ ਕੈਮੀਕਲ, ਉਹ ਤੁਹਾਡੀ ਬਾਡੀ ਨੂੰ ਨੁਕਸਾਨ ਕਰਦਾ। ਅਤੇ ਇਸ ਨਾਲ ਨੂੰ ਅਗਰ ਡਾਇਬੈਟਿਕ ਬੰਦਾ ਨਹੀਂ ਹੈ ਅਤੇ ਅਗਰ ਵੈਸੇ ਵੀ ਲੋਕ ਕਈ ਉਹ ਸ਼ੂਗਰ ਸਬਸਟੀਟਿਊਟ ਇਸਤੇਮਾਲ ਕਰਦੇ ਆ ਕੌਫੀ ਚਾਹ ਵਿੱਚ, ਉਹ ਮੇਰੇ ਹਿਸਾਬ ਨਾਲ ਤਾਂ ਉਹਨਾਂ ਨੂੰ ਨਹੀਂ ਯੂਜ਼ ਕਰਨੇ ਚਾਹੀਦੇ। ਜਿਹਨਾਂ ਲੋਕਾਂ ਨੂੰ ਸ਼ੂਗਰ ਹੈ ਉਹ ਰਾਦਰ ਦੈਨ ਤੁਸੀਂ ਕਈ ਥੋੜ੍ਹੀ ਜਿਹੀ ਸ਼ੂਗਰ ਪਾ ਲਓ ਜਾਂ ਗੁੜ ਪਾ ਲਓ, ਉਹ ਜ਼ਿਆਦਾ ਬਿਹਤਰ ਹੈ ਬਜਾਏ ਤੁਸੀਂ ਉਹ ਕੈਮੀਕਲ ਦਾ ਇਸਤੇਮਾਲ ਕਰੋ ਸ਼ੂਗਰ ਵਾਸਤੇ। ਗੁੜ ਦਾ ਇਸਤੇਮਾਲ ਹੁੰਦਾ ਸੀ, ਗੁੜ ਦੀ ਚਾਹ, ਹਾਂਜੀ ਬਿਲਕੁਲ, ਲੋਕਾਂ ਨੂੰ ਦੇ ਸ਼ੁੱਡ ਗੋ ਫਾਰ ਦੈਟ। ਹਾਂ, ਸ਼ੂਗਰ ਇਜ਼ ਵੈਰੀ ਗੁੱਡ, ਸੋਰੀ ਗੁੜ, ਕਿਉਂਕਿ ਉਹ ਬਾਡੀ 'ਚ ਐਬਜ਼ੋਰਬ ਵੀ ਸਲੋਲੀ ਹੁੰਦਾ, ਔਰ ਤੁਹਾਡੇ ਉਹ ਸ਼ੂਗਰ ਤੁਸੀਂ ਲੈਂਦੇ ਹੋ ਇੱਕਦਮ ਤੁਹਾਡੇ ਬਲੱਡ ਸ਼ੂਗਰ ਵੱਧ ਜਾਂਦੀ ਹੈ। ਅਤੇ ਜੀ ਜੀ, ਹਾਂਜੀ, ਦਰਸ਼ਕ ਫੋਨ ਕਰ ਰਹੇ ਨੇ, ਬੜੇ ਇੱਕ ਮਿੰਟ ਗੱਲ ਕਰਨੇ ਆ। ਹੈਲੋ ਹੈਲੋ, ਹਾਂਜੀ, ਤੁਸੀਂ ਕੌਣ ਹੋ ਜੀ, ਕਿੱਥੋਂ ਬੋਲ ਰਹੇ ਜੀ? ਮੈਂ ਇੱਥੇ ਕੈਲੀਫੋਰਨੀਆ ਤੋਂ ਬੋਲ ਰਿਹਾ ਹਾਂ, ਡਾਕਟਰ ਸਾਹਿਬ ਨਾਲ ਗੱਲ ਕਰ। ਹਾਂ, ਕਰਾਓ ਜੀ ਜੀ, ਸਤਿ ਸ੍ਰੀ ਅਕਾਲ ਜੀ, ਕੀ ਕੁਐਸਚਨ ਹੈ ਤੁਹਾਡਾ? ਸੁਣ ਰਹੇ ਨੇ ਡਾਕਟਰ ਸਾਹਿਬ, ਬੋਲੋ। ਹਾਂਜੀ ਡਾਕਟਰ ਸਾਹਿਬ, ਮੈਂ 5 ਸਾਲ ਪਹਿਲਾਂ ਪ੍ਰੋਸਟੇਟ ਦੀ ਸਰਜਰੀ ਕਰਾਈ ਸੀ ਜੀ ਜੀ ਜੀ, ਤੇ ਉਹ ਮਸਲ ਬਿਲਡ ਅਪ ਨਹੀਂ ਹੋ ਰਿਹਾ ਤੇ ਜੁਰਨਲ ਕੰਟਰੋਲ ਨਹੀਂ ਹੋ ਰਿਹਾ। ਓਕੇ, ਤੇ ਇਹਦਾ ਕੀ ਟ੍ਰੀਟਮੈਂਟ ਆ? ਡਾਕਟਰ ਕਹਿੰਦੇ ਸੀ ਕਿ ਉਦੋਂ ਜਦੋਂ ਤੁਸੀਂ ਸਰਜਰੀ ਕਰਾਈ ਆ ਫਿਰ ਉਹ ਤੋਂ ਬਾਅਦ ਇਹ ਹੌਲੀ ਹੌਲੀ ਮਸਲ ਜਿਹੜੇ ਆ ਕਿਉਂਕਿ ਕੱਟੇ ਗਏ ਆ ਹੌਲੀ ਹੌਲੀ ਬਿਲਡ ਅਪ ਹੋਣੇ ਆ ਜੀ, ਤੇ ਪਰ ਹੁਣ ਤਾਂ ਟੇਕਸ ਲੌਂਗ ਟਾਈਮ, 5 ਈਅਰ ਹੋ ਗਏ ਆ, ਤੇ ਇਹਦਾ ਦਵਾਈ ਵਗੈਰਾ ਤਾਂ ਕੋਈ ਨਹੀਂ ਜੀ ਡਾਕਟਰ ਨੇ ਦਿੱਤੀ, ਤੇ ਤੁਹਾਡੇ ਕੋਲ ਇਹਦਾ ਕੀ ਕੋਈ ਹੈ ਟ੍ਰੀਟਮੈਂਟ ਜੀ? ਅੱਛਾ, ਤੁਹਾਨੂੰ ਕੋਈ ਸ਼ੂਗਰ ਵਗੈਰਾ ਤੇ ਨਹੀਂ, ਬਲੱਡ ਪ੍ਰੈਸ਼ਰ ਜਾਂ ਕੋਈ ਹੈਗੀ ਆ? ਦੋਨੇ ਚੀਜ਼ਾਂ ਹੈਗੀਆਂ। ਅੱਛਾ, ਇੱਕ ਤੇ ਤੁਸੀਂ ਹੋਮਿਓਪੈਥਿਕ ਹਰਬਲ ਦੀ ਦਵਾਈ ਸ਼ੁਰੂ ਕਰੋ ਸ਼ੂਗਰ ਵਾਸਤੇ ਵੀ ਤੇ ਬਲੱਡ ਪ੍ਰੈਸ਼ਰ ਵਾਸਤੇ ਵੀ, ਔਰ ਉਸ ਤੋਂ ਇਲਾਵਾ ਸ਼ੂਗਰ ਦੀ ਆ ਉਹ ਮੈਂ ਹੈਲਥ ਏਡ ਦੀਆਂ ਕੈਪਸੂਲ ਲਿਆ ਜਿਹੜੇ ਆ ਉਹ ਵੀ ਯੂਜ਼ ਕਰਦਾ। ਤੇ ਉਹਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੈ? ਤੁਹਾਡੀ ਸ਼ੂਗਰ ਕੰਟਰੋਲ ਨੋਰਮਲੀ 150-160 ਦੇ ਕਰੀਬ ਆ। ਹਾਂ ਨਹੀਂ, ਇਹ 150 ਜਿਹੜੀ ਹੈ ਜ਼ਿਆਦਾ ਹੈ, 120 ਤੱਕ ਆਣੀ ਚਾਹੀਦੀ ਹੈ ਤੁਹਾਨੂੰ, ਸਮਝ ਗਏ? ਹਾਂ, ਉਹ ਤੇ ਮੈਂ ਜੇ ਡੋਜ਼ ਵਧਾ ਦਵਾਂ ਤੇ ਥੱਲੇ ਆ ਜਾਊਗੀ, ਉਹ ਮੈਂ ਥੋੜੀ ਆਪ ਹੀ ਡੋਜ਼ ਥੋੜੀ ਘੱਟ ਲੈਣਾ। ਠੀਕ ਹੈ, ਉਹ ਨਹੀਂ, ਉਹ ਤੁਸੀਂ ਕਰੋ। ਦੂਸਰੀ ਗੱਲ ਹੈ ਕਿ ਤੁਸੀਂ ਨਾ ਹੋਮਿਓਪੈਥਿਕ ਹਰਬਲ ਦੇ ਟੋਨਿਕ ਟਾਈਪ ਦੀਆਂ ਚੀਜ਼ਾਂ ਹੁੰਦੀਆਂ ਨੇ, ਜਿਸ ਤਰ੍ਹਾਂ ਯੂਥ ਫਾਰਮੂਲਾ, ਜਿਹੜੇ ਅੱਗੇ ਵੀ ਬਜ਼ੁਰਗਾਂ ਨੇ ਕਾਲ ਕੀਤੀ ਸੀ ਉਹਨਾਂ ਨੂੰ ਦੱਸਿਆ ਸੀ, ਯੂਥ ਫਾਰਮੂਲਾ ਹੈ, ਜੁਆਇੰਟ ਫਾਰਮੂਲਾ ਹੈ, ਮੇਲ ਫਾਰਮੂਲਾ ਹੈ, ਇਹ ਤੁਹਾਡੇ ਔਰ ਇਮਿਊਨ ਸਿਸਟਮ ਵਾਸਤੇ ਇਮਿਊਨੋਲਿਨ ਸਾਡਾ ਬਹੁਤ ਅੱਛਾ ਸਪਲੀਮੈਂਟ ਹੈ, ਅਤੇ ਉਹ ਤੁਸੀਂ ਆਰਡਰ ਕਰਕੇ ਮੰਗਾਓ ਅਤੇ ਉਹ ਵੀ ਸ਼ੁਰੂ ਕਰੋ ਨਾਲ ਨਾਲ, ਤਾਂ ਕਿ ਤੁਹਾਡੀ ਹੀਲਿੰਗ ਪਾਵਰ ਜਿਹੜੀ ਹੈ ਬਾਡੀ ਦੀ ਉਹ ਜ਼ਿਆਦਾ ਹੋਏਗੀ, ਅਤੇ ਉਹਦੇ ਨਾਲ ਤੁਹਾਡੇ ਜਿਹੜੇ ਮਸਲਸ ਨੇ ਜਿਹੜੇ ਬਿਲਟ ਨਹੀਂ ਹੋ ਰਹੇ ਉਹਦੇ ਨਾਲ ਉਹਨਾਂ ਨੂੰ ਫਰਕ ਪਏਗਾ। ਤੁਸੀਂ ਡਾਕਟਰ ਚੌਧਰੀ ਨੂੰ ਸੰਪਰਕ ਕਰ ਸਕਦੇ ਹੋ 718-396-3600 ਤੇ, ਨਿਊਯਾਰਕ ਦੇ ਵਿੱਚ ਇਹਨਾਂ ਦਾ ਕਲੀਨਿਕ ਹੈ, ਉੱਥੋਂ ਤੁਸੀਂ ਦਵਾਈ ਇਹਨਾਂ ਤੋਂ ਮੰਗਾ ਸਕਦੇ ਹੋ। ਜਿਸ ਤਰ੍ਹਾਂ ਹੁਣ ਲਾਸਟ ਅਸੀਂ ਗੱਲ ਕਰਨਾ ਚਾਹੁੰਦੇ ਜੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ, ਕਿ ਹੁਣ ਲੋਕਾਂ ਨੂੰ ਜਾਂਦੇ ਜਾਂਦੇ ਤੁਸੀਂ ਇੱਕ ਮੈਸੇਜ ਦੇ ਕੇ ਜਾਓ, ਇੱਕ ਪ੍ਰੀਕੋਸ਼ਨ, ਕਿ ਉਹਨਾਂ ਨੂੰ ਵਟ ਐਗਜੈਕਟਲੀ ਦੇ ਸ਼ੁੱਡ ਡੂ, ਜਿਸ ਤਰ੍ਹਾਂ ਅਸੀਂ ਕਿ ਲੋ ਸ਼ੂਗਰ ਦੇ ਬਹੁਤ ਘੱਟ ਮਰੀਜ਼ ਹੁੰਦੇ ਨੇ ਅਤੇ ਉਹਨਾਂ ਦੇ ਸਿਮਟਮ ਕੀ ਨੇ, ਔਰ ਫਟਾਫਟ ਉਹਨਾਂ ਨੂੰ ਦੱਸ ਦਿਓ ਕਿ ਵਟ ਐਗਜੈਕਟਲੀ ਦੇ ਸ਼ੁੱਡ ਡੂ। ਅੱਛਾ, ਸ਼ੂਗਰ ਵਾਲਿਆਂ ਵਾਸਤੇ ਨਾ 3 ਚੀਜ਼ਾਂ ਬਹੁਤ ਇੰਪੋਰਟੈਂਟ ਨੇ, ਜਿਹਦੇ ਵਿੱਚ ਇੱਕ ਤੁਹਾਡੀ ਐਕਸਰਸਾਈਜ਼, ਤੁਹਾਡੀ ਦਵਾਈ, ਔਰ ਤੁਹਾਡਾ ਜਿਹੜਾ ਖਾਣੇ ਪੀਣੇ ਦਾ ਜਿਹੜਾ ਮਤਲਬ ਪਰਹੇਜ਼, ਇਹ ਤਿੰਨਾਂ ਚੀਜ਼ਾਂ ਨੂੰ ਤੁਸੀਂ ਕਰਨਾ। ਦਵਾਈ ਵੀ ਨਹੀਂ ਛੱਡਣੀ, ਦਵਾਈ ਪੂਰੀ ਡੋਜ਼ ਖਾਣਾ, ਬੇਸ਼ੱਕ ਤੁਸੀਂ ਅੰਗਰੇਜ਼ੀ ਖਾ ਰਹੇ ਹੋ, ਹੋਮਿਓਪੈਥਿਕ ਹਰਬਲ ਖਾ ਰਹੇ ਹੋ,
ਰਹੇ ਹੋ, ਤੁਸੀਂ ਉਹ ਦਵਾਈ ਖਾ ਕੇ ਆਪਣਾ ਸ਼ੂਗਰ ਵੀ ਚੈੱਕ ਕਰੋ ਤਾਂ ਕਿ ਤੁਹਾਡੀ ਸ਼ੂਗਰ ਕੰਟਰੋਲ 'ਚ ਰਹਿਣੀ ਚਾਹੀਦੀ ਹੈ। ਦੂਸਰੀ ਹੈ ਕਿ ਤੁਸੀਂ ਖਾਣੇ ਪੀਣੇ 'ਤੇ ਵੀ ਕੰਟਰੋਲ ਕਰਨਾ, ਇਹ ਨਹੀਂ ਸਮਝੋ ਕਿ ਦਵਾਈ ਖਾ ਰਹੇ ਹਾਂ ਅਤੇ ਹਰ ਚੀਜ਼ ਖਾਈ ਜਾਓ, ਸਵੀਟ ਵਗੈਰਾ ਵੀ ਖਾਈ ਜਾਓ, ਰਾਤੀ ਉੱਠ ਉੱਠ ਕੇ ਚੋਰੀ ਛੁੱਕ ਵੀ ਗਈ, ਬਜ਼ੁਰਗ ਨੇ ਉਹ ਜ਼ਰਾ ਮਤਲਬ ਖੀਰ ਖਾ ਲਈ ਹੈ ਖਾ ਲਿਆ ਅਤੇ ਉਹ ਜ਼ਰਾ ਤੁਹਾਨੂੰ ਨੁਕਸਾਨ ਹੋਏਗਾ। ਔਰ ਤੀਸਰੀ ਚੀਜ਼ ਹੈ ਕਿ ਜਿਹੜੀ ਤੁਸੀਂ ਐਕਸਰਸਾਈਜ਼ ਕਰਨੀ ਹੈ, ਵਾਕ ਕਰਨੀ ਹੈ, ਕੋਈ ਜ਼ਰੂਰੀ ਨਹੀਂ ਤੁਸੀਂ ਬਾਡੀ ਬਿਲਡਿੰਗ ਹੀ ਜਾ ਕੇ ਕਰਨੀ ਹੈ, ਤੁਸੀਂ ਥੋੜ੍ਹੀ ਬਹੁਤ ਹੀ ਵਾਕਿੰਗ ਹੀ ਸ਼ੁਰੂ ਕਰ ਦਿਓ, ਉਠਕ ਬੈਠਕ ਕਰਨੀ ਸ਼ੁਰੂ ਕਰ ਦਿਓ, ਡੰਡ ਬੈਠਕਾਂ ਕਰਨੀਆਂ, ਥੋੜ੍ਹੀ ਜਿਹੀ ਵਰਜਿਸ਼ ਸਟਾਰਟ ਕਰੋ, ਬਹੁਤ ਜ਼ਰੂਰੀ ਹੈ। ਆਪਣਾ ਲਾਈਫ ਸਟਾਈਲ ਠੀਕ ਕਰਨ, ਵਰਜਿਸ਼ ਕਰਨ, ਫੂਡ ਹੈਬਿਟਸ ਨੂੰ ਠੀਕ ਕਰਨ, ਬਿਲਕੁਲ, ਦਿਸ ਇਜ਼ ਮੈਂਡੇਟਰੀ ਫੋਰ ਆਲ ਏਜ ਗਰੁੱਪਸ। ਜਿਸ ਤਰ੍ਹਾਂ ਕਿ ਆਪਣੇ ਆਪ ਨੂੰ ਥੋੜ੍ਹੀ ਜਿਹੀ ਪ੍ਰੀਕੋਸ਼ਨ ਲੈ ਕੇ, ਕਿਉਂਕਿ ਇਹ ਲਾਈਫ ਥ੍ਰੈਟਨਿੰਗ ਹੋ ਸਕਦਾ ਹੈ ਜੀ, ਦਿਸ ਇਜ਼ ਜਿਸ ਤਰ੍ਹਾਂ ਬਲੱਡ ਹਾਈ ਬਲੱਡ ਪ੍ਰੈਸ਼ਰ ਨੂੰ ਕਹਿੰਦੇ ਆ ਜਾਂ ਤਾਂ ਸ਼ੂਗਰ ਵੀ, ਔਰ ਅੰਗਰੇਜ਼ੀ ਦਵਾਈਆਂ ਜਿਹੜੀਆਂ ਨੇ ਉਹ ਹੋਰ ਜ਼ਿਆਦਾ ਆਰਗਨ ਨੂੰ ਖਰਾਬ ਕਰਦੀਆਂ ਨੇ। ਅਗਰ ਤੁਹਾਡੇ ਕੋਲ ਤੁਸੀਂ ਅਫੋਰਡ ਕਰ ਸਕਦੇ ਹੋ ਜਾਂ ਟਰਾਈ ਕਰਨਾ ਚਾਹੁੰਦੇ ਹੋ ਔਰ ਕਰਨੀ ਚਾਹੀਦੀ ਹੈ, ਹੋਮਿਓਪੈਥਿਕ ਹਰਬਲ ਦਵਾਈ ਸ਼ੁਰੂ ਕਰੋ ਔਰ ਆਪਣੀ ਅੰਗਰੇਜ਼ੀ ਦਵਾਈਆਂ ਤੋਂ ਜਾਣ ਛੁਡਾਓ ਤਾਂ ਕਿ ਤੁਹਾਡੀ ਸਿਹਤ ਵੀ ਅੱਛੀ ਹੋਏਗੀ। ਤੁਸੀਂ ਡਾਕਟਰ ਕੋਲ ਆਪਣੇ ਜਾਓ, ਚੈੱਕਅਪ ਕਰਾਓ ਔਰ ਦਵਾਈ ਹੋਮਿਓਪੈਥਿਕ ਹਰਬਲ ਖਾਓ, ਔਰ ਸਪੈਸ਼ਲੀ ਦਵਾਈਆਂ ਖਾ ਖਾ ਕੇ ਮੈਨਸ ਹੈਲਥ ਜਿਹੜੀ ਹੈ ਬਹੁਤ ਇਫੈਕਟ ਹੁੰਦੀ ਹੈ। ਕਮਜ਼ੋਰੀ ਜਿਸ ਤਰ੍ਹਾਂ ਦੋ ਕਾਲਾਂ ਆਈਆਂ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਵੀਕਨੈਸ ਹੁੰਦੀ ਹੈ, ਬਾਡੀ ਕਮਜ਼ੋਰ ਹੋ ਰਹੀ ਹੁੰਦੀ ਹੈ, ਅਤੇ ਉਹਦੇ ਵਾਸਤੇ ਵੀ ਅਗਰ ਤੁਸੀਂ ਆਪਣੀ ਦਵਾਈਆਂ ਉਹ ਹੀ ਖਾਣਾ ਚਾਹੁੰਦੇ ਹੋ ਲੇਕਿਨ ਨਾਲ ਨਾਲ ਤੁਸੀਂ ਆਪਣੇ ਟੋਨਿਕ ਜਿਸ ਤਰ੍ਹਾਂ ਯੂਥ ਫਾਰਮੂਲਾ ਹੈ, ਮੇਲ ਫਾਰਮੂਲਾ ਹੈ, ਫੀਮੇਲ ਫਾਰਮੂਲਾ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਅਲੱਗ ਅਲੱਗ ਸੈਗਮੈਂਟ ਵਾਸਤੇ ਅਲੱਗ ਅਲੱਗ ਦਵਾਈਆਂ, ਬਿਲਕੁਲ, ਅਤੇ ਉਹ ਅਗਰ ਨਾਲ ਖਾਓ ਤਾਂ ਤੁਹਾਡੇ ਸਰੀਰ ਜਿਹੜਾ ਉਹ ਸਟਰੋਂਗ ਰਹੇਗਾ, ਬਾਡੀ ਮਜ਼ਬੂਤ ਰਹੇਗੀ, ਤੁਹਾਨੂੰ ਟਾਇਰਡ ਨਹੀਂ ਫੀਲ ਕਰੋਗੇ, ਥੱਕੇ ਹੋਏ ਮਹਿਸੂਸ ਨਹੀਂ ਕਰੋਗੇ, ਔਰ ਇਸੇ ਤਰ੍ਹਾਂ ਮੈਮਰੀ ਵਾਸਤੇ ਵੀ ਜਿਹੜਾ ਸ਼ੂਗਰ ਵਾਲੇ ਬੰਦਿਆਂ ਨੂੰ ਮੈਮਰੀ ਦਾ ਵੀ ਪ੍ਰੋਬਲਮ ਹੋ ਜਾਂਦਾ, ਭੁੱਲਣੇ ਦੀ ਆਦਤ ਹੋ ਜਾਂਦੀ ਹੈ, ਬਜ਼ੁਰਗ ਜਿਹੜੇ ਨੇ ਵੈਸੇ ਵੀ ਕਿਸੇ ਵੀ ਏਜ 'ਤੇ ਉਹਨਾਂ ਨੂੰ ਮੈਮਰੀ ਦਾ ਪ੍ਰੋਬਲਮ ਹੋ ਜਾਂਦਾ, ਉਹਦੇ ਵਾਸਤੇ ਵੀ ਬਹੁਤ ਅੱਛੇ ਟੋਨਿਕ ਨੇ ਹੋਮਿਓਪੈਥਿਕ ਹਰਬਲ ਵਿੱਚ ਕਿ ਜਿਹਦੇ ਨਾਲ ਤੁਸੀਂ ਆਪਣੇ ਦਿਮਾਗ ਨੂੰ ਮਤਲਬ ਮਜ਼ਬੂਤ ਕਰ ਸਕਦੇ ਹੋ। ਅੱਛਾ, ਇਹਦੇ 'ਚ ਕੋਈ ਟ੍ਰੀਟਮੈਂਟ ਦਾ ਪੀਰੀਅਡ ਵੀ ਹੁੰਦਾ, ਇਟ ਡਿਪੈਂਡਸ ਔਨ ਕੇਸ ਟੂ ਕੇਸ, ਕਿੱਦਾਂ ਫਰਕ ਪੈਂਦਾ? ਜੀ ਬਿਲਕੁਲ, ਹਰ ਇੱਕ 'ਤੇ ਅਲੱਗ ਅਲੱਗ, ਲੇਕਿਨ ਇੱਕ ਡੋਜ਼ ਖਾ ਕੇ ਸ਼ੂਗਰ ਰਾਈਟ ਅਵੇ ਫਰਕ ਪੈਂਦਾ, ਔਰ ਉਹ ਅਗਰ ਜਿਹਨਾਂ ਦੀ ਬਹੁਤ ਜ਼ਿਆਦਾ ਸ਼ੂਗਰ ਹੈ, ਬਹੁਤ ਟਾਈਮ ਤੋਂ ਦਵਾਈਆਂ ਖਾ ਰਹੇ ਨੇ, ਅਤੇ ਉਹਨਾਂ ਨੂੰ ਚਾਹੀਦਾ ਕਿ ਹੋਮਿਓਪੈਥਿਕ ਹਰਬਲ ਦਵਾਈ ਸ਼ੁਰੂ ਕਰਨ ਔਰ ਆਪਣੇ ਆਸਤੇ ਆਸਤੇ ਆਪਣੀ ਅੰਗਰੇਜ਼ੀ ਦਵਾਈ ਨੂੰ ਛੱਡ ਦੇਣ। ਔਰ ਜਿਹੜੇ ਪ੍ਰੀ ਡਾਇਬੈਟਿਕ ਲੋਕ ਨੇ ਜਿਹਨਾਂ ਨੂੰ ਡਾਕਟਰ ਨੇ ਕਿਹਾ ਕਿ ਅਜੇ ਦਵਾਈ ਨਹੀਂ ਦੇਣੀ ਲੇਕਿਨ ਤੁਹਾਡੀ ਪ੍ਰੀ ਡਾਇਬੈਟਿਕ ਹੈ, ਤੁਸੀਂ ਆਪਣਾ ਟੇਕ ਕੇਅਰ ਕਰੋ ਫੂਡ ਦਾ, ਅਤੇ ਉਹਨਾਂ ਨੂੰ ਚਾਹੀਦਾ ਸੁਪਰ ਡਾਇਬੈਟਿਕ ਫਾਰਮੂਲਾ ਸ਼ੁਰੂ ਕਰਨ, ਉਹ 3 ਮਹੀਨੇ ਖਾ ਕੇ ਫਿਰ ਦੁਬਾਰਾ ਟੈਸਟ ਕਰਾਉਣ ਦੇ, ਅਤੇ ਉਹਨਾਂ ਦੀ ਪ੍ਰੀ ਡਾਇਬੈਟਿਕ ਜਿਹੜਾ ਪ੍ਰੋਬਲਮ ਠੀਕ ਹੋ ਜਾਏਗਾ। ਜਿਸ ਤਰ੍ਹਾਂ ਆਪਣਾ ਕਹਿੰਦੇ ਲੋਕ ਬਲੱਡ ਪ੍ਰੈਸ਼ਰ ਚੈੱਕ ਕਰਨ ਵਾਸਤੇ ਮਸ਼ੀਨਾਂ ਲਗਾਈਆਂ ਹੁੰਦੀਆਂ, ਇਸ ਤਰ੍ਹਾਂ ਸ਼ੂਗਰ ਵੀ ਰੈਗੂਲਰ ਚੈੱਕ ਕਰਦੇ ਰਹਿਣ, ਰੋਜ਼ ਤੇ ਚੈੱਕ ਕਰਨੇ, ਜਿਸ ਤਰ੍ਹਾਂ ਤੁਸੀਂ ਕੋਈ ਦਵਾਈ ਖਾਂਦੇ ਹੋ ਐਡਜਸਟ ਕਰਨ ਵਾਸਤੇ ਤੁਹਾਨੂੰ ਪਤਾ ਲੱਗ ਜਾਏ, ਔਰ ਯੂਜਲੀ 1 ਸਾਲ ਬਾਅਦ ਜਿਹੜੇ ਨੋਰਮਲ ਬੰਦੇ ਨੇ ਜਿਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ, 1 ਸਾਲ ਬਾਅਦ ਤੇ ਡਾਕਟਰ ਕੋਲ ਚੈੱਕਅਪ ਕਰਾਉਣਾ ਚਾਹੀਦਾ ਤਾਂ ਕਿ ਤੁਹਾਡੀ ਪ੍ਰੋਬਲਮ ਪਤਾ ਲੱਗ ਜਾਏ। ਔਰ ਇਹਦੇ 'ਚ ਜਿਹੜੇ ਛੋਟੇ ਗਰੁੱਪ ਦੇ ਤੁਸੀਂ ਕਹਿ ਰਹੇ ਹੋ, ਛੋਟੇ ਛੋਟੇ ਬੱਚਿਆਂ ਨੂੰ ਵੀ ਅੱਜ ਕੱਲ੍ਹ ਸ਼ੂਗਰ, ਦੇ ਸ਼ੁੱਡ ਟੇਕ ਸਮ ਐਕਸਟਰਾ ਪ੍ਰੀਕੋਸ਼ਨ? ਯੂਜਲੀ ਉਹ ਟਾਈਪ 1 ਸ਼ੂਗਰ ਹੁੰਦੀ ਹੈ, ਅਤੇ ਉਹ ਜ਼ਾਹਿਰ ਹੈ ਉਹਨਾਂ ਨੂੰ ਵੀ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਔਰ ਦਵਾਈ ਵਗੈਰਾ ਪ੍ਰੋਪਰਲੀ ਯੂਜ਼ ਕਰਨੀ ਚਾਹੀਦੀ ਹੈ। ਵੈਨ ਯੂ ਸੇ ਟਾਈਪ 1, ਕਿੰਨੇ ਟਾਈਪ ਦਾ ਹੁੰਦਾ ਜੀ? ਟਾਈਪ 1 ਐਂਡ ਟਾਈਪ 2। ਟਾਈਪ 2, ਟਾਈਪ 2 ਇਜ਼ ਦੀ ਹਾਈਐਸਟ, ਜਦੋਂ ਜ਼ਿਆਦਾ ਟਾਈਪ 2 ਹੀ ਹੁੰਦੀ ਹੈ ਜਿਹੜਾ ਕਿ ਜ਼ਿਆਦਾ ਫੂਡ ਦੀ ਵਜ੍ਹਾ ਨਾਲ ਹੁੰਦੀ ਹੈ ਔਰ ਸਾਰੇ ਲਾਈਫ ਸਟਾਈਲ ਦੀ ਵਜ੍ਹਾ ਨਾਲ। ਟਾਈਪ 1 ਜਿਹੜਾ ਉਹ ਮਤਲਬ ਤੁਸੀਂ ਦੇਖਿਆ ਹੋਗਾ ਛੋਟੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ। ਅਤੇ ਤੁਸੀਂ ਦੇਖਿਆ ਸ਼ੂਗਰ ਜਿਹੜਾ ਹੈ ਉਹ ਆਪਣੇ ਲਾਈਫ ਸਟਾਈਲ ਔਰ ਆਪਣੇ ਖਾਣ ਪੀਣੇ ਦੇ ਹਿਸਾਬ ਨਾਲ, ਉਹਦੇ ਨਾਲ ਲਾਈਫ ਸਟਾਈਲ 'ਤੇ ਕਾਫੀ ਫਰਕ ਪੈਂਦਾ। ਡਾਕਟਰ ਸਾਹਿਬ ਨੇ ਦੱਸਿਆ ਕਿ ਤੁਸੀਂ ਥੋੜ੍ਹੀ ਵਰਜਿਸ਼ ਕਰੋ, ਥੋੜ੍ਹੀ ਆਪਣਾ ਲਾਈਫ ਸਟਾਈਲ ਨੂੰ ਸੁਧਾਰੋ, ਖਾਣ ਪੀਣ ਦੀ ਆਪਣੀ ਆਦਤਾਂ ਨੂੰ ਸੁਧਾਰੋ, ਔਰ ਅਗਰ ਇਹ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਆਪਣੇ ਜਿਹੜਾ ਹੈ ਹਰਬਲ ਔਰ ਹੋਮਿਓਪੈਥੀ ਦਵਾਈਆਂ 'ਤੇ ਭਰੋਸਾ ਕਰੋ ਔਰ ਉਹ ਵਾਲੀਆਂ ਦਵਾਈਆਂ ਖਾਓ, ਔਰ ਡਾਕਟਰ ਸਾਹਿਬ ਨੂੰ 7183963600 'ਤੇ ਸੰਪਰਕ ਕਰੋ। ਨਿਊਯਾਰਕ ਦੇ ਵਿੱਚ ਉਹਨਾਂ ਦਾ ਕਲੀਨਿਕ ਹੈ, ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਮਿਲ ਕੇ ਅਗਰ ਪੋਸੀਬਲ ਹੈ ਤਾਂ ਆਪਣਾ ਇਲਾਜ ਕਰਾ ਸਕਦੇ ਹੋ। ਆਨਲਾਈਨ ਵੀ ਦਵਾਈਆਂ ਤੁਸੀਂ ਆਪਣੀਆਂ ਮੰਗਾ ਸਕਦੇ ਹੋ। ਅਤੇ ਸਟੂਡੀਓ ਵਿੱਚ ਆਉਣ ਲਈ ਚੌਧਰੀ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ। ਅਗਲੇ ਐਪੀਸੋਡ ਵਿੱਚ ਡਾਕਟਰ ਚੌਧਰੀ ਨਾਲ ਫਿਰ ਗੱਲ ਕਰਾਂਗੇ, ਤੁਹਾਡੇ ਹੋਰ ਸਵਾਲਾਂ ਦਾ ਜਵਾਬ ਦਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।